ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਬੜੀ ਫੇਅਰ ਵੈਲਕਮ ਕਰਦੀ ਆ ਅ ਵੀ ਹੈਵ ਅ ਵੈਰੀ ਇੰਟਰਸਟਿੰਗ ਟਾਪਿਕ ਫॉर ਯੂ ਟੂਡੇ ਆਮ ਆਫ ਕੌਰਸ ਕਿਸਾਨ ਮੋਰਚੇ ਨੂੰ ਲੈ ਕੇ ਗੱਲ ਹੋ ਰਹੀ ਹੈ ਅਪਡੇਟਸ ਆ ਰਹੀਆਂ ਆਮ ਜਿਸ ਤਰ੍ਹਾਂ ਕੱਲ ਅਪਰ ਡਿਸਕਸ ਕੀਤਾ ਸੀ ਕਿ ਕਿਉਂਕਿ ਇਸ ਸੰਘਰਸ਼ ਦੇ ਵਿੱਚ ਕੋਈ ਜਿਆਦਾ ਇਸ ਵੇਲੇ ਪ੍ਰੋਗਰੈਸ ਨਹੀਂ ਹੋ ਰਿਹਾ ਇੱਕ ਕਿਸਮ ਦਾ ਇਹ ਸਟੇਲਮੇਟ ਹੋ ਚੁੱਕੀ ਹੈ ਕਿਸਾਨਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਅੱਗੇ ਨਹੀਂ ਵਧ ਰਹੀ ਗੱਲ ਇਨੀ ਤੇਜ਼ੀ ਨਾਲ ਜਿੰਨੀ ਸ਼ਾਇਦ ਲੋਕੀ ਚਾਹੁੰਦੇ ਹੈ ਕਿ ਇਹ ਚੀਜ਼ ਰਿਜ਼ੋਲਵ ਹੋਏ ਕੁਇਕਲੀ ਰਾਈਟ ਸੋ ਜਿਸ ਤਰ੍ਹਾਂ ਆਪਾਂ ਥੋੜੀ ਜੀ ਹੁਣ ਡਿਸਕਸ ਕਰ ਰਹੇ ਹਾਂ ਕਿ ਸਾਨੂੰ ਆਪਣੀ ਇਸ ਸਿਚੁਏਸ਼ਨ ਨੂੰ ਵੇਖਣ ਦਾ ਸਮਝਣ ਦਾ ਤਰੀਕਾ ਚੇਂਜ ਕਰਨਾ ਪੈਣਾ ਹੈ ਰਾਈਟ ਬਿਕੋਜ਼ ਸੋਚ ਦੇ ਨਾਲ ਤੁਹਾਡੇ ਐਕਸ਼ਨਸ ਜੁੜੇ ਹੁੰਦੇ ਤੇ ਐਕਸ਼ਨ ਦੇ ਨਾਲ ਸ਼ਾਇਦ ਇਹ ਗੱਲ ਕਿਸੇ ਅੱਗੇ ਪਾਸੇ ਤੁਰ ਸਕਦੀ ਹੈ ਆਮ ਜੋ ਸਾਡਾ ਰੋਲ ਇੱਕ ਐਨ ਆਰ ਆਈ ਹੋਣ ਦੇ ਨਾਤੇ ਆਪਾਂ ਬ੍ਰਾਡ ਬੈਠੇ ਆ ਸਾਡੇ ਕੋਲ ਲਿਬਰਟੀ ਹੈ ਕਿ ਆਪਾਂ ਖੁੱਲ ਕੇ ਗੱਲ ਕਰ ਸਕਦੇ ਆ ਜੋ ਸ਼ਾਇਦ ਲਿਬਰਟੀ ਉੱਥੇ ਇੰਡੀਆ ਬੈਠੇ ਹੋਏ ਮੋਰਚੇ ਦੇ ਵਿੱਚ ਹਿੱਸੇਦਾਰਾਂ ਦੇ ਕੋਲ ਨਹੀਂ ਹੈਗੀ ਉਹ ਵੀ ਆਪਣਾ ਰੋਲ ਪਲੇ ਕਰ ਰਿਹਾ ਹੈ ਫਰੰਟ ਲਾਈਨਸ ਤੇ ਬਟ ਜੋ ਸਾਡਾ ਰੋਲ ਹੈ ਉਹ ਚੀਜ਼ਾਂ ਨੂੰ ਡਿਸਕਸ ਕਰਨਾ ਉਹਨਾਂ ਨੂੰ ਸਮਝਣਾ ਤੇ ਉਹਨਾਂ ਥੌਟਸ ਨੂੰ ਅੱਗੇ ਐਕਸ਼ਨ ਵਿੱਚ ਕਨਵਰਟ ਕਰਨਾ ਸੋ ਅੱਜ ਮੈਂ ਇੱਕ ਤੁਹਾਡੇ ਨਾਲ ਬੜੀ ਇੰਟਰਸਟਿੰਗ ਜੀ ਚੀਜ਼ ਡਿਸਕਸ ਕਰਨਾ ਚਾਹੁੰਦੀ ਹਾਂ ਸਾਡੇ ਗੈਸਟ ਸਾਡੇ ਨਾਲ ਇਸ ਚੀਜ਼ ਨੂੰ ਹੋਰ ਗਹਿਰਾਈ ਦੇ ਵਿੱਚ ਡਿਸਕਸ ਕਰਨਗੇ ਮੈਨੂੰ ਇਹ ਬਹੁਤ ਸੁਣਨ ਨੂੰ ਮਿਲ ਰਿਹਾ ਹੈ ਖਾਸ ਕਰਕੇ ਮੇਰੀ ਉਮਰ ਦੇ ਜੋ ਸੈਕੰਡ ਜਨਰੇਸ਼ਨ ਇੱਥੇ ਦੇ ਪਲੇ ਬੜੇ ਬੱਚੇ ਹੁਣ ਅਡਲਟਸ ਯੰਗ ਅਡਲਟਸ ਹਨ ਮਿਡਲ ਏਜ ਹੈਗੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਜਦੋਂ ਉਹ ਇਸ ਮੋਰਚੇ ਨੂੰ ਲੈ ਕੇ ਆਪਣੇ ਨਾਨ ਸਿੱਖ ਨਾਨ ਇੰਡੀਅਨ ਲੋਕਾਂ ਨੂੰ ਫਰੈਂਡਸ ਨੂੰ ਕਾਲੀਗਸ ਨੂੰ ਦੱਸਦੇ ਆ ਕਿ ਇੰਡੀਆ ਚ ਕੀ ਹੋ ਰਿਹਾ ਇੱਕ ਚੀਜ਼ ਬਾਰ ਬਾਰ ਮੈਨੂੰ ਸੁਣਨ ਨੂੰ ਮਿਲ ਰਹੀ ਹੈ ਵਾਂਸ ਅਗੇਨ ਸਪੈਸੀਫਿਕਲੀ ਸੋਸ਼ਲ ਮੀਡੀਆ ਤੇ ਕਿ ਇਸ ਵੇਲੇ ਜੋ ਇੰਡੀਆ ਚ ਹੋ ਰਿਹਾ ਹੈ ਬੀਜਪੀ ਪਾਰਟੀ ਮੋਦੀ ਸਰਕਾਰ ਦੇ ਹੇਠ ਜਿਸ ਤਰ੍ਹਾਂ ਹਿੰਦੂ ਨੈਸ਼ਨਲਿਜ਼ਮ ਦਾ ਰਾਈਜ਼ ਵੇਖਣ ਨੂੰ ਮਿਲਿਆ ਹੈ ਅਗਰ ਉਹ ਉਹਨੂੰ ਤੁਸੀਂ ਕੰਪੇਅਰ ਕਰੋ ਅਮਰੀਕਾ ਦੇ ਵਿੱਚ ਫੋਰ ਐਗਜ਼ਾਮਪਲ ਕਿ ਅਮਰੀਕਾ ਦੇ ਵਿੱਚ ਜੋ ਪ੍ਰੈਜ਼ੀਡੈਂਟ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਹੇਟ ਵਾਈਟ ਨੈਸ਼ਨਲਿਜ਼ਮ ਦਾ ਰਾਈਸ ਸੀਗਾ ਉਹਦੇ ਨਾਲ ਕੰਪੈਰੀਜ਼ਨਸ ਬਹੁਤ ਵੇਖਣ ਨੂੰ ਮਿਲ ਰਿਹਾ ਸੋ ਇਸ ਚੀਜ਼ ਬਾਰੇ ਮੈਂ ਥੋੜੀ ਜੀ ਹੋਰ ਗਹਿਰਾਈ ਦੇ ਵਿੱਚ ਡਿਸਕਸ਼ਨ ਕਰਨਾ ਚਾਹੁੰਦੀ ਸੀ ਬਿਕੋਜ਼ ਸਾਡੀ ਕਮਿਊਨਿਟੀ ਦੇ ਵਿੱਚ ਯੂਨਾਈਟਿਡ ਸਟੇਟਸ ਵਿੱਚ ਖਾਸ ਕਰਕੇ ਪੰਜਾਬੀ ਵੀ ਸਿੱਖ ਵੀ ਬਹੁਤ ਜ਼ਿਆਦਾ ਰਿਪਬਲਿਕਨਸ ਵੀ ਹਨ ਟਰੰਪ ਸਪੋਰਟਰਸ ਵੀ ਸੀ ਸੋ ਯੂ نو ਮੈਂ ਇਹ ਡਿਸਕਸ ਕਰਨਾ ਚਾਹੁੰਦੀ ਕਿ ਕਿੱਥੇ ਤੁਸੀਂ ਰਿਪਬਲਿਕਨ ਤੇ ਟਰੰਪ ਸਪੋਰਟਰ ਹੋ ਕੇ ਮੋਦੀ ਤੇ ਬੀਜੇਪੀ ਸਰਕਾਰ ਦੇ ਨਾਲ ਕੀ ਉਹਦਾ ਤਾਲਮੇਲ ਕੋਈ ਹੈਗਾ ਵੀ ਕੋਈ ਕੰਪੈਰੀਜ਼ਨ ਬੰਦ ਆਏ ਉੱਥੇ ਆਮ ਕਿ ਜੋ ਅੱਜ ਦੀ ਡੇਟ ਦੇ ਵਿੱਚ ਸਾਨੂੰ ਇਹ ਨੈਰੇਟਿਵ ਸੁਣਨ ਨੂੰ ਮਿਲ ਰਿਹਾ ਉਹਦੇ ਵਿੱਚ ਕਿੰਨੀ ਕ ਕਿੰਨਾ ਕੁ ਲੌਜੀਕ ਹੈ ਰਾਈਟ ਯਾ ਇਜ਼ ਇਟ ਜਸਟ ਇਨ ਈਜ਼ੀ ਕੰਪੈਰੀਜ਼ਨ ਹੈਨਾ ਕਿ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਮਤਲਬ ਜੋ ਨਾਨ ਇੰਡੀਅਨ ਹਨ ਜਿਨ੍ਹਾਂ ਨੂੰ ਯੂ ਨੋ ਮੋਦੀ ਐ ਇੰਡੀਆ ਦੇ ਪੋਲਿਟਿਕਸ ਬਾਰੇ ਕੁਝ ਨਹੀਂ ਪਤਾ ਯਾ ਬੀਜੇਪੀ ਦੀ ਹਿਸਟਰੀ ਬਾਰੇ ਕੁਝ ਨਹੀਂ ਪਤਾ ਹਿੰਦੂ ਤਵਾ ਬਾਰੇ ਕੁਝ ਨਹੀਂ ਪਤਾ ਅਗਰ ਉਹਨਾਂ ਨੂੰ ਤੁਸੀਂ ਸਮਝਾਣਾ ਹੋਏ ਕਿ ਕੀ ਹੋ ਰਿਹਾ ਹੈ Is it fair to compare it to Trump? एंड हिज रिपब्लिकन पार्टी या रिपब्लिकन पार्टी कंजरवेटिव स्कूल ऑफ थॉट जो इथे अमेरिका ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀ ਹੈ ਸੋ ਇਹ ਚੀਜ਼ ਨੂੰ ਲੈ ਕੇ ਅੱਜ ਅਪਾ ਡਿਸਕਸ਼ਨ ਕਰਾਂਗੇ ਹੋਰ ਵੀ ਟਾਪਿਕਸ ਇਸ ਲਹਿਰ ਤੇ ਡਿਸਕਸ ਕਰਾਂਗੇ ਬਟ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਗੈਸਟ ਨੂੰ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਵਿਦਆਊਟ ਐਨੀ ਫਰਦਰ ਡੂ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਰਵਿੰਦਰ ਸਿੰਘ ਸ਼ੇਰਗਿਲ ਜੀ ਕੈਲੀਫੋਰਨੀਆ ਤੋਂ ਸਭ ਤੋਂ ਪਹਿਲੇ ਸ਼ੇਰਗਿਲ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਅਸਸਸਰੀਏ ਕਾਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੁਹਾਨੂੰ ਵੀ ਜੀ ji, it's so good to have you again. To see, पहले program which but of course, uh, you know पहले त्वर्दी जो program देख participation Siki experience or history not just as a political historian, um, but as a former uh, Republican Party delegate from California, um, and your long-standing uh, understanding of the Republican conservative principles, um, because. ਬਿਕੋਜ਼ ਰਿਪਬਲਿਕਨ ਪਾਰਟੀ ਦੇ ਵਿੱਚ ਆਈ ਮੀਨ ਇਟਸ ਇਟਸ ਅੱਜ ਦੀ ਡੇਟ ਵਿੱਚ ਕੋਈ ਡਿਨਾਈ ਨਹੀਂ ਕਰਦਾ ਕਿ ਇੱਕ ਟ੍ਰੈਡੀਸ਼ਨਲ ਰਿਪਬਲਿਕਨ ਕਨਸਰਵੇਟਿਵ ਸਕੂਲ ਆਫ ਥੌਟ ਸੀ ਦੈਨ देयर ਇਜ਼ ਦ ਮਾਡਰਨ ਰਿਪਬਲਿਕਨ ਪਾਰਟੀ ਵਿਚ ਹੈਸ ਬੀਨ ਫਲੇਵਰਡ ਬਾਈ ਪ੍ਰੈਜ਼ੀਡੈਂਟ ਟਰੰਪ ਐਂਡ ਓ ਸਕੂਲ ਆਫ ਥੌਟ ਰਾਈਟ ਅਮ ਸੋ ਤੁਹਾਡੀ ਸਮਝ ਦੋਨਾਂ ਦੇ ਵਿੱਚ ਆਫ ਕੋਰਸ ਬਹੁਤ ਡੂੰਗੀ ਹੈ ਸੋ ਵੀ ਵਾਂਟ ਟੂ ਡਿਸਕਸ ਦੈਟ ਰਵਿੰਦਰ ਜੀ ਸਭ ਤੋਂ ਪਹਿਲੇ ਤਾਂ You know, um, like I, uh, my viewers in all who introduction which key I nu mil rahe, khas karke social media de, which mere aap de kuch American friends ne puche ke, oh, you know, um, Modi and Trump are they similar? So what Modi is doing in India, you know, that's what Trump did here and white nationalism and Hindu nationalism. Are they the same thing, right? So. you as a republican uh, and a republican former delegate from california conservative ਤੁਹਾਡੇ خیال ਚ ਇਹਨਾਂ ਦੋ ਚੀਜ਼ਾਂ ਦੇ ਵਿੱਚ ਕੋਈ ਰਿਲੇਸ਼ਨ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਐਡਰੈਸ ਕਰੋਗੇ ਅਮ ਇਸ ਤਰ੍ਹਾਂ ਮੈਂ ਕਰਾਂਗਾ ਕਿ ਆਪਾਂ ਨੂੰ ਦੋ ਚੀਜ਼ ਦੋ ਚੀਜ਼ਾਂ ਸੈਪਰੇਟ ਕਰਨ ਦੀ ਲੋੜ ਹੈ ਇੱਕ ਨੈਸ਼ਨਲਿਜ਼ਮ ਜਿਹਨੂੰ ਕਿਹਾ ਜਾਂਦਾ ਤੇ ਦੂਸਰਾ ਜਿਹਨੂੰ ਵਿੱਚ ਨਾਲ ਜੋੜਿਆ ਜਾਂਦਾ ਕਿ ਵਾਈਟ ਨੈਸ਼ਨਲਿਜ਼ਮ অর ਵਾਈਟ ਸੁਪਰੀਮਸੀ ਐਂਡ ਸੋ ਫੋਰਥ ਤੇ ਜੁਲੀ ਨੈਸ਼ਨਲਿਜ਼ਮ ਦੀ ਲਹਿਰ ਹੈ ਉਹ ਤੇ ਇਹ ਕਲੀਅਰ ਹੈ ਕਿ ਡਾਨਲਡ 트럼ਪ ਉਹਦਾ ਲੀਡਰ ਹੈ ਤੇ ਉਹ ਦੀ ਲਹਿਰ ਹੈ ਨੈਸ਼ਨਲਿਜ਼ਮ ਦੀ ਉਹ ਇਕੱਲੀ ਅਮਰੀਕਾ ਤੱਕ ਸੀਮਤ ਨਹੀਂ ਇੰਗਲੈਂਡ ਦੇ ਵਿੱਚ ਜਦੋਂ ਇੰਗਲੈਂਡ ਨੇ ਯੂਰਪ ਨੂੰ ਛੱਡਤਾ ਬ੍ਰੈਕਸਿਟ ਦੇ ਦੌਰਾਨ ਇਹ ਵੀ ਨੈਸ਼ਨਲਿਜ਼ਮ ਹੈ ਉਹਨਾਂ ਕਹਿੰਦੇ ਅਸੀਂ EU ਦੇ ਨਾਲ ਨਹੀਂ ਚੱਲ ਸਕਦੇ ਅਸੀਂ ਆਹ ਨੂੰ ਆਪਣੇ ਮੁਲਕ ਦੀ ਜ਼ਿਆਦਾ ਪਰਵਾਹ ਹੈ ਇਹਦੇ ਨਾਲੋਂ ਕਿ EU ਨਾਲ ਰਲ ਕੇ ਚੱਲਿਆ ਜਾਵੇ ਇਟਲੀ ਚ ਨੈਸ਼ਨਲਿਸਟ ਪਾਵਰ ਪਾਵਰ ਆ ਗਿਆ ਫਿਲੀਪੀਨਸ ਐਂਡ ਇੰਡੀਆ ਇਹ ਵੱਡੀਆਂ ਕੰਟਰੀਆਂ ਨੇ ਸਾਰੀਆਂ ਤੇ ਜਿਹੜਾ ਰਸ਼ੀਆ ਹੈ ਉਹ ਤਾਂ ਪਹਿਲਾਂ ਹੀ ਨੈਸ਼ਨਲਿਸਟ ਸੀਗਾ ਬੋਜ਼ਰਾ ਸੋ ਨੈਸ਼ਨਲਿਜ਼ਮ ਦੀ ਲਹਿਰ ਜਿਹੜੀ ਹੈ ਉਹ ਸਾਰੀ ਦੁਨੀਆ ਚੱਲ ਰਹੀ ਹੈ ਤੇ ਲੋਕਾਂ ਨੂੰ ਬੜੀ ਹੈਰਾਨੀ ਹੋਈ ਜਦੋਂ ਡੋਨਲਡ 트੍ਰੰਪ ਵੀ ਜਿੱਤ ਗਿਆ ਜਦੋਂ ਉਹਨੂੰ ਲੋਕੀ ਸਮਝਦੇ ਹੀ ਨਹੀਂ ਜਿੱਤ ਸਕਦਾ 2016 ਚ 16 ਚ ਤੇ ਇਹ ਗੱਲ ਸਹੀ ਹੈ ਉਹਦੇ ਨਾਲ ਜੋੜਨਾ ਵਾਈਟ ਨੈਸ਼ਨਲਿਜ਼ਮ ਜਿਹਨੂੰ ਕਿਹਾ ਜਾ ਰਿਹਾ ਜਾਂ ਵਾਈਟ ਸੁਪਰੀਮਿਸਟ ਫੀਲਿੰਗ that i don't believe in ਉਹ ਮੇਰੇ ਖਿਆਲ ਚ ਕਿਉਂਕਿ ਜਦੋਂ ਜਿੱਤਿਆ ਹੈ ਨੈਸ਼ਨਲਿਜ਼ਮ ਦਾ ਵੈਰੀ ਕੋਨ ਹੈ ਨੈਸ਼ਨਲਿਜ਼ਮ ਦਾ ਆਪੋਜ਼ਿਟ ਸਾਈਡ ਹੈਗੀ گلੋਬਲਿਜ਼ਮ ਹੂੰ ਤੇ ਉਹ ਇਹਦੇ ਨਾਲ ਵੀ ਇੰਟਰਚ ਆਪਾਂ ਕਰਾਂਗੇ ਗੱਲ ਜਦੋਂ ਫਾਰਮਰਜ਼ ਦੀ ਗੱਲ ਕਰਦੇ ਆ ਕਿ ਇੱਕ ਬੜੀ ਵੱਡੀ ਐਸੋਲੇ ਜਦੋਂ ਜੈ ਤੇ ਦੁਨੀਆ ਖੜੀ ਹੈ ਪਹਿਲਾ ਅਮਰੀਕਾ ਹੀ ਨਹੀਂ ਹੂੰ ਉਹ ਇਹ ਹੈ ਕਿ ਸਾਰੀ ਦੁਨੀਆ ਜਿਹੜੀ ਹੈ گلੋਬਲਿਸਟ ਹੋ ਰਹੀ ਸੀ ਟਾਈਮ ਦੇ ਨਾਲ ਇਹ ਵਰਲਡ ਇਕਨੋਮੀਆਂ ਜਿਹੜੀਆਂ ਨੇ ਉਹ ਆਪੋਜ਼ਿਟ ਇੱਕ ਬਣ ਰਹੀਆਂ ਸਨ ਮਾਰਕੀਟਸ ਖੁੱਲ ਰਹੀਆਂ ਸਨ ਜਦੋਂ ਸੋਵੀ ਯੂਨੀਅਨ ਖਤਮ ਹੋ ਗਈ ਮੁਰਕੇ ਚਾਈਨਾ ਆ ਗਿਆ ਵਰਲਡ ਮਾਰਕੀਟਸ ਉਹ ਦੋ ਚੀਜ਼ਾਂ ਸੰਘੇ ਜਿਹੜੀਆਂ ਬਾਹਰ ਸਨ ਵੈਸਟਰਨ ਇਕਨੋਮੀਆਂਜ਼ ਚੋਂ ਉਹ ਵੀ ਆ ਕੇ ਨਾਲ ਰਲ ਗਈਆਂ ਤੇ ਉਹ ਸਾਰੀਆਂ ਜਿਹੜੀਆਂ ਵਰਲਡ ਦੀ ਇਕਨੋਮੀਆਂਜ਼ ਨੇ ਉਹ ਇੰਟੀਗ੍ਰੇਟ ਹੋ ਕੇ ਇੱਕ ਬਣ ਰਹੀ ਸੀਗੀ ਹੂੰ ਹੂੰ ਉਹ ਬਣਦੀ ਰਹਿਣੀ ਹੈ ਇਹ ਨਹੀਂ ਕਿ ਉਹ ਖਤਮ ਹੋ ਜਾਣੀ ਹੈ ਇੱਕ ਬੜੀ ਬੜਾ ਇੱਕ ਬੜਾ ਵੱਡਾ ਇੱਕ ਲਹਿਰ ਚੱਲ ਰਹੀ ਹੈ ਇੱਕਦਮ ਖਤਮ ਨਹੀਂ ਹੋ ਸਕਦੀ ਲੇਕਿਨ ਜਦੋਂ ਗਲੋਬਲਿਜ਼ਮ ਹੁੰਦਾ ਹੈ ਤੇ ਹਰ ਕੋਈ ਕੰਟਰੀ ਕੁਝ ਗੇਨ ਕਰਦੀਆਂ ਨੇ ਤੇ ਕੁਝ ਲੂਜ਼ ਕਰਦੀਆਂ ਨੇ ਹੂੰ ਸੋ ਕੁਝ ਬਹੁਤ ਜਰ ਤੱਕ ਤੇ ਯਾਨੀ ਇਹਦਾ ਝੰਡਾ ਹੈ ਗਲੋਬਲਿਜ਼ਮ ਦਾ ਉਹ ਅਮਰੀਕਾ ਦੇ ਅੱਛੇ ਆ ਅਮਰੀਕਾ ਨੇ ਸਾਰੀ ਦੁਨੀਆ ਨੂੰ ਕਿਹਾ ਕਿ ਆਪਾਂ ਗਲੋਬਲੀ ਇੱਕ ਇਕਨੋਮੀ ਬਣਾਈਏ ਹਮ ਲੇਕਿਨ ਇੱਕ ਪੁਆਇੰਟ ਆ ਗਿਆ ਜਦੋਂ ਕਿ ਜਿਹੜੇ ਅਮਰੀਕਾ ਦੇ ਰਹਿਵਲੇ ਲੋਕ ਨੇ ਉਹਨਾਂ ਦੀ ਜਿਹੜੀ ਵੈਲ ਬੀਇੰਗ ਆ ਉਹਨਾਂ ਦੀ ਜਿਹੜੀ ਇਨਕਮ ਆ ਉਹਨਾਂ ਦਾ ਫਿਊਚਰ ਉਹ ਸਟਾਲ ਕਰ ਗਿਆ ਵਧ ਨਹੀਂ ਰਿਹਾ ਅਮਰੀਕਨ ਮਿਡਲ ਕਲਾਸ ਦੇ ਵਿੱਚ ਫੋਰਗੇਟ ਰੇਸ ਹਮ ਰੇਸ ਨੂੰ ਆਪਾਂ ਜੋ ਕਰਦੇ ਆ ਨਾ ਉਹ ਚ ਆਪਾਂ ਮੌਕਾ ਦੇ ਨਹੀਂ ਉਹਨਾਂ ਲੋਕਾਂ ਨੂੰ ਜਿਹੜਾ ਫਰੋਸਗਲ ਦਾ ਫਾਇਦਾ ਲੈਂਦੇ ਆ ਹਮ ਤੁਸੀਂ ਰੇਸ ਨੂੰ ਇੱਕਦਮ ਛੱਡ ਕੇ ਵੇਖੋਗੇ ਅਮਰੀਕਨ ਮਿਡਲ ਕਲਾਸ ਦੀ ਇਨਕਮ ਪਿਛਲੇ 25 30 ਸਾਲ ਤੋਂ ਫਲੈਟ ਹੈ ਹੂੰ ਹੂੰ ਥੋੜੀ ਜਿਹੀ ਆਈ ਨੇ ਇਨ ਰੀਅਲ ਟਰਮਸ ਹੂੰ ਹੂੰ ਤੇ ਜਿਹੜੇ ਰਿਚ ਨੇ ਉਹ ਰਿਚ ਹੋ ਗਏ ਤੇ ਜਿਹੜੇ ਪੂਰ ਨੇ ਉਹਨਾਂ ਦੇ ਨੰਬਰ ਹੋਰ ਵਧ ਗਏ ਐਂਡ ਪੀੜੀ ਪੂਰ ਕਲਾਸ ਆ ਇੱਕ ਬੜੀ ਵੱਡੀ ਇੱਕ ਮੇਰੇ ਖਿਆਲ ਚ ਡੈਮੋਕ੍ਰੇਟਿਕ ਪਾਰਟੀ ਬਹੁਤ ਗਲਤ ਗੱਲ ਫਲਾਉਂਦੀ ਆ ਕਿ ਵੀ ਪੂਰ ਲੋਕਾਂ ਦੀ ਬੜੀ ਮਾੜੀ ਹਾਲਤ ਹੈ ਜਿੰਨੀ ਪੂਰ ਕਲਾਸ ਐਕਚੁਅਲੀ ਅਮਰੀਕਾ ਦੇ ਵਿੱਚ ਇਸ ਡੂਇੰਗ ਬੈਟਰਰ ਦਨ ਦੇ ਐਵਰ ਡਿਡ अ uh, वेरी जी आई हैव टू आस्क हियर जो ਤੁਸੀਂ ਕਹਿ ਰਹੇ ਕਿ ਮਿਡਲ ਕਲਾਸ ਦੀ ਇਨਕਮਸ ਬਿਲਕੁਲ ਸਟਾਲਡ ਹਨ ਪਿਛਲੇ ਪਚੀ ਤੀਆਂ ਸਾਲਾਂ ਤੋਂ ਦੀ ਆਬੀਸ ਕੁਐਸਚਨ ਹੇਅਰ ਇਜ਼ ਟੂਰ ਡੇ ਪੀਨੀਅਨ ਵਾਈ ਡੂ ਯੂ ਥਿੰਕ ਥੈਟ ਹੈਪਨਡ ਸੋ ਉਹਦੇ ਮੇਜਰ ਕਾਰਨ ਉਹਦਾ ਇਹ ਹੈ ਕਿ ਜਿਹੜੀਆਂ ਹੋਰ ਇਕਨੋਮੀਆਂ ਨੇ ਦੁਨੀਆ ਦੀਆਂ ਉਹ ਵੀ ਰਾਈਜ਼ ਹੋਈਆਂ ਕਿਉਂਕਿ ਅਮਰੀਕਾ ਨੇ ਖੁੱਲ੍ਹੀ ਇਕਨੋਮੀਆਂ ਨੂੰ ਪ੍ਰੇਫਰੈਂਸ ਦਿੱਤੀ ਤੇ ਇੰਡੀਆ ਦੇ ਵਿੱਚ ਮਿਡਲ ਕਲਾਸ ਰਾਈਜ਼ ਕਰ ਰਹੀ ਹੈ ਚਾਈਨਾ ਵਿੱਚ ਮਿਡਲ ਕਲਾਸ ਰਾਈਜ਼ ਕਰ ਰਹੀ ਹੈ ਸੋ ਉਹ ਕੰਟਰੀਆਂ ਨੇ ਗੇਨ ਕੀਤਾ ਤੇ ਅਮਰੀਕਾ ਸਟਾਲ ਹੋ ਗਿਆ ਐਂ ਹੁਣ ਡਿਕਲਾਈਨ ਚ ਜਾ ਰਹੀ ਮਿਡਲ ਕਲਾਸ ਪਰ ਜਿਹੜੀ ਰਿਚ ਨੇ ਉਹ ਗਰੋਅ ਹੈ ਨੇ ਅਮਰੀਕਾ ਚ ਬਹੁਤ ਜਿੰਨੀ ਮਨੀ ਐਸਪਰਡ ਰਿਚ ਕਲਾਸ ਕੋਲ ਐ ਅਮਰੀਕਾ ਚ ਕਦੀ ਵੀ ਨਹੀਂ ਸੀਗੀ ਹੂੰ ਸੋ ਉਹ ਫਿਰ ਉਹ ਇਥੋਂ ਫਾਈਨੈਂਸ਼ੀਅਲ ਰੂਮ ਦੀ ਲੜਖ ਖੜੀ ਹੁੰਦੀ ਹੈ ਜ ਜਿਹਨ ਲੋਕੀ ਕਹਿੰਦੇ ਨੇ ਕਿ ਸਾਡੀ ਆਪਣੀ ਗਵਰਨਮੈਂਟ ਸਾਡਾ ਕਿਉਂ ਨਹੀਂ ਪ੍ਰਭਾਵ ਪਹਿਲਾਂ ਕਰਦੀ ਤੇ ਡੋਨਲਡ ਟਰਪ ਨੇ ਤੇ ਕਲੀਅਰਲੀ ਉਹਦਾ ਮੈਸੇਜ ਹੀ ਇਹ ਸੀਗਾ ਔਰ ਅੱਜ ਵੀ ਹੈਗਾ ਕਿ ਅਮਰੀਕਾ ਫਰਸਟ ਸੋ ਦੈਸ ਕਲੀਅਰਲੀ ਨੈਸ਼ਨਲਿਜ਼ਮ ਇਹ ਚਿਤ ਕੋ ਕੁਐਸਚਨ ਨਹੀਂ ਜਿਹੜਾ ਉਹਦੇ ਨਾਲ ਜੋੜ ਦੇਣਾ ਵਾਈਟ ਰੇਸ ਦਾ ਇਸ਼ੂ ਦੈਸ ਮੇਨਲੀ ਡੈਮੋਕਰੇਟ ਐਂਡ ਮੀਡੀਆ ਮੇਨ ਮੇਜਰ ਮੀਡੀਆ ਕਲੇਮ ਤੁਹਾਨੂੰ ਫੈਕਟ ਵੇਖਣੇ ਪੈਂਦੇ ਆ ਮੈਂ ਜਿੰਨੇ ਆਪਣੇ ਪੰਜਾਬੀ ਲੋਕਾਂ ਨੂੰ ਜਾਣਦਾ ਆ ਬਹੁਤ ਸਾਰੇ ਮੈਂ ਜਾਣਦਾ ਜਿਨ੍ਹਾਂ ਨੇ ਕਦੀ ਰਿਪਬਲਿਕਨ ਨੂੰ ਵੋਟ ਨਹੀਂ ਪਾਈ ਲੇਕਿਨ ਡੋਨਲਡ ਟਰੰਪ ਨੂੰ ਵੋਟ ਪਾਈ ਆ ਅੱਜ ਜਿਹੜੀ ਸੋਨਾ ਚ ਤੇ ਗੱਲ ਹੈਗੀ ਸੀਗੀ 20 ਦੀ ਜਿਹੜੀ ਇਲੈਕਸ਼ਨ ਨੇ ਮੁਕੀ ਆ ਜਿਹਨੇ ਕਾਲੇ ਲੋਕਾਂ ਨੇ ਵੋਟ ਪਾਈ ਇਹਨੂੰ ਡਾਰਨ ਟਰੰਪ ਨੂੰ ਉਹ ਨਹੀਂ ਉਹਨਾਂ ਨੇ ਰੋਮਨੀ ਨੂੰ ਨਹੀਂ ਪਾਈ ਹਮਮ ਓਕੇ ਤੇ ਹਿਲਰੀ ਕਲਿੰਟਨ ਨੂੰ ਨਹੀਂ ਪਾਈ ਸੋ ਮੈਂ ਆ ਮੀਨ ਹਿਲਕਨ ਨੂੰ ਪਾਈ ਸੀ ਲੇਕਿਨ ਉਹ ਮੁਕਾਬਲੇ ਦੀ ਜਿਹੜੀ ਇਲੈਕਸ਼ਨ ਚ ਉਦੋਂ ਵੀ ਯਾਨੀ ਕੋ ਉਹਨੇ ਬਲੈਕਸ ਵਿੱਚ ਵੀ ਇਨਕਰੀਜ਼ ਕੀਤੀ ਲੈਟੀਨੋ ਪੋਪੂਲੇਸ਼ਨ ਚ ਉਹਦੇ ਨੰਬਰ ਇਨਕਰੀਜ਼ ਹੋਏ ਏਸ਼ੀਅਨ ਵਿੱਚ ਵੀ ਇਨਕਰੀਜ਼ ਹੋਏ ਸੋ ਉਹਦਾ ਇਹ ਮੈਸੇਜ ਹੈ ਅਮਰੀਕਾ ਫਰਸ ਦਾ ਇਟਸ ਵੈਰੀ ਬ੍ਰਾਡ ਜੀ ਹਾਂ ਜਿਹੜੇ ਹੁਣ ਵਾਈਟ ਨੈਸ਼ਨਲਿਸਟ ਟਾਈਪ ਦੇ ਗਰੁੱਪ ਹੈਗੇ ਨੇ ਹਮ ਦੀ ਉਹ ਡੈਫੀਨਿਟਲੀ ਉਹਦੇ ਨਾਲ ਆਪਣੇ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇਕਰ ਹੁਣ ਕੋਈ ਗਰੁੱਪ ਤੁਹਾਡੇ ਨਾਲ ਕਨੈਕਟ ਹੋਵੇ ਤੁਸੀਂ ਸਾਰੀ ਦੁਨੀਆ ਨੂੰ ਮੁਲਕ ਨੂੰ ਕਵਰ ਕਰ ਰਹੇ ਆ ਲੇਕਿਨ ਕੋਈ ਤੁਹਾਡੇ ਨਾਲ ਗਰੁੱਪ ਕਨੈਕਟ ਹੋਵੇ ਯੂ ਕੈਨਟ ਬੀ ਹੈਲਡ ਰਿਸਪਾਂਸਿਬਲ ਫਾਰ ਥੈਟ ਯੂ ਨੋ ਪਰ ਫੰਦੂ ਜਿਵੇਂ ਇੰਡੀਆ 'ਚ ਵੇਖੀਏ ਤੇ ਆਰਐਸਐਸ ਜਿਹੜੀ ਆਰਗੇਨਾਈਜੇਸ਼ਨ ਐਟਸ ਵੈਰੀ ਵੈਲ ਐਸਟੈਬਲਿਸ਼ਡ ਆਰਗੇਨਾਈਜੇਸ਼ਨ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਅਮਰੀਕਾ 'ਚ ਉਹ ਜੀ ਕੋਈ ਰੇਸ ਬੇਸਡ ਜਾਂ ਰਿਲੀਜਨ ਬੇਸ ਕੋਈ ਉਹ ਜੀ ਨੈਸ਼ਨਲਿਸਟ ਪਾਰਟੀ ਕੋਈ ਨਹੀਂ ਹੈਗੀ ਜਿਸ ਤਰ੍ਹਾਂ ਆਰਐਸਐਸ ਇਸ ਅ ਵੈਰੀ ਵਾਸਟ ਵੈਰੀ బిగ్ 올 ਓਲਡਰ ਦਨ ਇੰਡੀਆ ਇਟਸੈਲਫ ਅ ਫਾਈਨ ਗੈਸ ਇਕ ਬੈਂਡ ਯੈਸ 올ਡਰ ਦਨ ਦ ਮੋਡਰਨ ਸਟੇਟ ਆਫ ਇੰਡੀਆ ਕਰੈਕਟ ਤੇ ਉਹਦਾ ਜਿਹੜਾ ਕਨੈਕਸ਼ਨ ਹੈ ਬੀਜੇਪੀ ਨਾਲ ਬਿਲਕੁਲ ਕਲੀਅਰ ਕਨੈਕਸ਼ਨ ਹੈ ਤੇ ਇਸ ਇਸ ਲਾਈਕ ਅ ਟ੍ਰੇਨਿੰਗ ਗਰਾਉਂਡ ਫੋਰ ਪੋਲੀਟਿਸ਼ੀਅਨਸ ਐਂਡ देन ਗੋਇੰਗ ਟੂ ਬੀਜੇਪੀ ਹਮ ਹਮ ਏਵਨ ਥੋ ਦਾਇਰੈਕਟਲੀ ਤੇ ਨਹੀਂ ਕਹਿੰਦੇ ਆਪਣਾ ਨੂੰ ਕਨੈਕਟਡ ਲੇਕਿਨ ਉਹਨਾਂ ਦਾ ਕਨੈਕਸ਼ਨ ਕਲੀਅਰ ਹੈ ਅਗਰ ਤੁਸੀਂ ਆਰਐਸਐਸ ਮੈਂਬਰ ਵੇਖੋ ਤੇ ਬੀਜੇਪੀ ਦੀ ਪਾਵਰ ਪਾਵਰਸ਼ਿਪ ਲੀਡਰਸ਼ਿਪ ਸੋ ਉਥੇ ਜਿਹੜਾ ਹਿੰਦੂਤਵਾਦ ਆ ਜਿਹੜਾ ਚੱਲ ਰਿਹਾ ਐ ਨਰ ਆਰਐਸਐਸ ਦਾ ਜਿਹੜਾ ਮਕਸਦ ਹੀ ਸੀਗਾ ਮੁੜ ਤੋਂ ਹੀ ਹਿੰਦੂਤਵਾਦ ਨੂੰ ਅੱਜ ਆਪਾਂ ਕਹਿੰਦੇ ਆ ਇਹੋ ਹੀ ਉਹਨਾਂ ਦਾ ਮਕਸਦ ਮੁੜ ਤੋਂ ਹੀ ਉਹਨਾਂ ਦਾ ਉਹਨਾਂ ਦਾ ਨਿਸ਼ਾਨਾ ਸੀਗਾ ਸੋ ਉਹਨਾਂ ਦੀ ਇੰਨੀ ਪਾਵਰ ਆ ਜਾਣੀ ਬੀਜੇਪੀ ਦੇ ਨਾਲ ਇਹ ਪਹਿਲੀ ਵਾਰੀ ਗੱਲ ਹੋਈ ਹੈ ਇੰਡੀਆ 'ਚ ਸੋ ਉਥੇ ਤੁਸੀਂ ਜ਼ਰੂਰ ਕਹਿ ਸਕਦੇ ਆ ਕਿ ਇਹ ਨੈਸ਼ਨਲਿਸਟ ਵੀ ਆ ਹਮ ਦੇ ਆਰ ਕਿਉਂਕਿ ਉਹ ਕਹਿੰਦੇ ਆ ਵੀ ਸਾਨੂੰ ਇੰਡੀਆ ਦਾ ਜ਼ਿਆਦਾ ਆਪਾਂ ਨੂੰ ਫਿਗਰ ਕਰਨਾ ਚਾਹੀਦਾ ਅਸੀਂ ਕਿਉਂ ਪਾਕਿਸਤਾਨ ਦਾ ਫਿਗਰ ਕਰਦੇ ਆ ਫਰਾਂਿਆਂ ਦਾ ਕਰਦੇ ਆ ਪਹਿਲਾਂ ਆਪਣਾ ਕਰੀਏ ਇਨ ਥੈਟ It's the same as what Donald Trump says, or yeah, nationalist Republicans say. But race, the, you know, religion, the creed, the, uh, I don't see the connection. I think there's a vast difference between the two. Mm -hmm. So that's uh, my opinion, Ji, Ji, uh, wonderfully explained. Thank you for that, Ravi Ji. And, and you know, edenal, um, I I have to uh, ask, uh, you know, just say, um ਸਾਡੀ ਕਨਵਰਸੇਸ਼ਨ ਜਾਰੀ ਤੁਸੀਂ ਇਹ ਮੈਂਸ਼ਨ ਕੀਤਾ ਕਿ ਯੂ نو ਇਸ ਵੇਲੇ অর ਇਫ ਵੀ ਲੁੱਕ ਹਿਸਟੋਰਿਕਲੀ ਸਪੀਕਿੰਗ ਯੂ نو ਇਨ ધ ਲਾਸਟ ਕੁਝ ਡੈਕੇਡਸ ਦੇ ਵਿੱਚ ਦ ਰਿਚ ਹੈਵ ਗਾ ਅਨਰਿਚਰ ਮਤਲਬ ਇਨੀ ਜਿਆਦਾ ਤੇਜ਼ੀ ਨਾਲ ਕਿ ਉਹਨੂੰ ਆਪਾਂ ਐਡਿਸ਼ਨ ਐਂਡ ਮਲਟੀਪਲੀਕੇਸ਼ਨ ਵੀ ਨਹੀਂ ਕਹਿ ਸਕਦੇ ਇਟਸ ਐਕਸਪੋਨੈਂਸ਼ੀਅਲ ਹੈ ਨਾ ਜਿੰਨੀ ਵੈਲਥ ਗਰੋ ਹੋਈ ਹੈ ਕੁਝ ਲੋਕਾਂ ਲਈ ਬਾਕੀਆਂ ਲਈ ਆਫ ਕੋਰਸ ਆਈ ਮੀਨ ਵੈਲਥ ਲਾਈਕ ਐਨੀਥਿੰਗ ਐਲਸ ਇੱਕ ਲਿミਟਿਡ ਅਮਾਉਂਟ ਹੈ ਜੀ ਅਗਰ ਕਿਸੇ ਕੋਲ ਹੈ ਤਾਂ ਦੂਜੇ ਕੋਲ ਨਹੀਂ ਹੈ রাইਟ ਸੋ ਜਿੰਨੀ ਵੈਲਥ ਟ੍ਰਾਂਸਫਰ ਕੁਝ ਲੋਕਾਂ ਦੇ ਕੋਲ ਹੋਈ ਹੈ ਉਨੀ ਹੀ ਘਾਟ ਬਾਕੀਆਂ ਨੂੰ ਉਹਦੀ ਹੈਗੀ ਸੋ ਯੂ نو ਟਾਕਿੰਗ ਅਬਾਊਟ ਵਾਂਸ ਅਗੇਨ ਕਿ ਇਹ ਕਿਉਂ ਹੋਇਆ ਹੈ what the connection is to government policies that have facilitated that, right? Um, because there, there can be parallels drawn ki kis tana America de vich bhi hoya and jo is kisan te kisana dinal e jo tin bil han, ki kis jo government subsidies hun, once again, paavey di land hoy, ya una di government subsidies, una da MSP hoy, it is a uh, policy designed to create wealth transfer ਉਹਨਾਂ ਲਈ ਜਿਨ੍ਹਾਂ ਦੇ ਕੋਲ ਆਲਰੇਡੀ ਕਿੰਨੀ ਵੈਲਥ ਹੈ ਯੂ نو ਆਫ ਕੌਰਸ ਆਮ ਟਾਕਿੰਗ ਬਾਟ ਦ ਕਾਰਪੋਰੇਟ ਪਲੇਅਰਸ ਜਿਨ੍ਹਾਂ ਨੂੰ ਜਿਹਨਾਂ ਦਾ ਨਾਸਾਰਿਆਂ ਨੂੰ ਪਤਾ ਆਮ ਉਹ ਟਾਕ ਅਬਾਟ ਦਿਸ ਇਟ ਟੇਕ ਟੋਡੀ ਬ੍ਰੇਕਲੀ ਲੁਕ ਰੁਕਦੇ ਆ ਤੁਸੀਂ ਸਾਈਡ ਨਾਲ ਇਸ ਤਰ੍ਹਾਂ ਬਨੇ ਰਹੋ ਈਅਰਸ ਇਸ ਵੀ ਜੁੜ ਰਹੇ ਮਿਲਦੇ ਆ ਬ੍ਰੇਕ ਟੂ ਸਟਾਪ ਬ੍ਰੇਕ ਟੂ ਵਾਸਾਈ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਵਕ ਵਕ ਥਾਵਾ ਤੇ ਮੈਨੂੰ ਖਾਸ ਕਰਕੇ ਸੋਸ਼ਲ ਮੀਡੀਆ ਤੇ ਜੋ ਸੈਕੰਡ ਜਨਰੇਸ਼ਨ ਅਮਰੀਕਨ ਬੱਚੇ ਯੰਗ ਅਡਲਟਸ ਅਡਲਟਸ ਯੰਗ ਪ੍ਰੋਫੈਸ਼ਨਲਸ ਹਨ ਉਨਾ ਤੋਂ ਇਹ ਸੁਣਨ ਨੂੰ ਮਿਲ ਰਿਹਾ ਕਿ ਦੇਖੋ ਜੀ ਜਦੋਂ ਆਪਾਂ ਕਿਸੇ ਗੋਰੇ ਨੂੰ ਅਮਰੀਕਨ ਨੂੰ ਨਾਨ ਇੰਡੀਆ ਨੂੰ ਦੱਸਣਾ ਹੁੰਦਾ ਕਿ ਕੀ ਹੋ ਰਿਹਾ ਹੈ ਇੰਡੀਆ ਦੇ ਵਿੱਚ ਇੱਕ ਪਾਲਿਸੀ ਤੇ ਇੱਕ ਗਵਰਨਮੈਂਟ ਪਰਸਪੈਕਟਿਵ ਤੋਂ ਕਿ ਅਕਸਰ ਇੱਕ ਕੰਪੈਰੀਜ਼ਨ ਡਰਾ ਕੀਤਾ ਜਾਂਦਾ ਕਿ ਕਿੱਥੇ ਇੱਕ ਪਾਸੇ ਮੋਦੀ ਤੇ ਬੀਜੇਪੀ ਤੇ ਦੂਜੇ ਪਾਸੇ ਟਰੰਪ ਤੇ ਰਿਪਬਲਿਕਨ ਪਾਰਟੀ ਤੇ ਜਿਸ ਤਰ੍ਹਾਂ ਇੱਕ ਪਾਸੇ ਵਾਈਟ ਐਕਸਟ੍ਰੀਮਿਸ ਨੈਸ਼ਨਲਿਜ਼ਮ ਇੱਥੇ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਜਿਹਦਾ ਨਤੀਜਾ ਮੈਂ ਕਹਾਂਗੀ ਸਭ ਤੋਂ ਐਕਸਟ੍ਰੀਮ ਨਤੀਜਾ ਜਨਵਰੀ 6th ਦੀ ਜੋ ਰਾਇਟਸ ਸੀਗੇ US Washington DC ਦੇ ਕੈਪੀਟਲ ਬਿਲਡਿੰਗ ਦੇ ਵਿੱਚ ਜੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਚੀਜ਼ ਇੱਥੇ ਵੀ ਹੋ ਸਕਦੀ ਹੈ ਕੰਪੇਅਰਡ ਟੂ ਕਿਸ ਤਰ੍ਹਾਂ ਹਿੰਦੂ ਤਾ ਹਿੰਦੂ ਨੈਸ਼ਨਲਿਜ਼ਮ ਰਾਈਜ਼ ਥੇ ਇੰਡੀਆ ਦੇ ਵਿੱਚ ਉਹਦੀ ਗੱਲ ਹੋ ਰਹੀ ਹੈ ਸਾਡੇ ਨਾਲ ਜੁੜੇ ਹਨ ਰਵਿੰਦਰ ਸਿੰਘ ਸ਼ੇਰਗਿੱਲ ਜੀ ਪੋਲਿਟੀਕਲ ਹਿਸਟੋਰੀਅਨ ਐਕਸਪਰਟ ਐਂਡ former republican party delegate from the great state of california ravindra ji ek badi fir toda program de vich swagat tusi bade um, clarity de naal sade layi sade darshakan layi e explain kita nationalism 익 익스트림스트 내셔널리즘 ਪਾਵ ਯੂ ਵਾਈਟ ਨੈਸ਼ਨਲਿਜ਼ਮ ਹੋਏ ਹਿੰਦੂ ਨੈਸ਼ਨਲਿਜ਼ਮ ਹੋਏ ਆ ਇਹ ਦੋ ਡਿਫਰੈਂਟ ਚੀਜ਼ਾਂ ਹੈ ਕਿ ਆਈ ਐਗਰੀ ਵਿਦ ਯੂ ਇਨ 댓 ਕਿ ਨੈਸ਼ਨਲਿਜ਼ਮ ਡੈਫੀਨਿਟਲੀ ਪੂਰੀ ਦੁਨੀਆ ਦੇ ਵਿੱਚ ਉਹਦੀ ਵੇਵ ਆਈ ਹੈ ਪਿਛਲੇ ਪੰਜ ਚਾਰ ਪੰਜ ਸਾਲਾਂ ਦੇ ਵਿੱਚ ਪ੍ਰੋਬਬਲੀ ਬਰੂਇੰਗ ਉਸ ਤੋਂ ਪਹਿਲੇ ਦੀ ਬਰੂ ਹੋ ਰਹੀ ਸੀ ਬਟ ਚਾਰ ਪਿਛਲੇ ਚਾਰ ਪੰਜ ਸਾਲਾਂ ਦੇ ਵਿੱਚ ਸਾਨੂੰ ਉਹ ਯੂ نو ਰਿਐਲਿਟੀ ਦੇ ਵਿੱਚ ਵੇਖਣ ਨੂੰ ਮਿਲੀ ਰਾਈਟ ਯੂਰਪ ਦੇ ਵਿੱਚ ਵੀ ਆਫ ਕੌਰਸ ਏਸ਼ੀਆ ਯੂ نو ਇਨ ਦੀ ਅਮਰੀਕਾ As well. So, I will discuss that these nationalist trends are in the governance. ਤੇ ਗਵਰਨਮੈਂਟ ਦੀ ਪਾਲਿਸੀਜ਼ ਤੇ ਕਿਸ ਤਰ੍ਹਾਂ ਦਾ ਇੰਪੈਕਟ ਹੋਇਆ ਪਾਵੇਂ ਉਹ ਪਾਲਿਸੀਜ਼ ਇੱਥੇ ਅਮਰੀਕਾ ਦੇ ਵਿੱਚ ਹੋਣ ਪਾਵੇਂ ਉਹ ਪਾਲਿਸੀਜ਼ ਇੰਡੀਆ ਦੇ ਵਿੱਚ ਸਾਨੂੰ ਹੁਣੇ ਕਿਸਾਨ ਬਿੱਲਾਂ ਨੂੰ ਲੈ ਕੇ ਸਾਡੀ ਡਿਸਕਸ਼ਨ ਚੱਲ ਰਹੀ ਹੈ ਰਾਈਟ ਸੋ ਤੁਸੀਂ ਮੈਂਸ਼ਨ ਕੀਤਾ ਸੀ ਯੂ نو ਬੇਸਿਕਲੀ ਅਬਾਊਟ ਵੈਲਥ ਟ੍ਰਾਂਸਫਰ ਹੈ ਨਾ ਇੱਕ ਵਾਰੀ ਫਿਰ ਵੈਲਥ ਮਨੀ ਕੋਈ ਵੀ ਰਿਸੋਰਸ ਲਿਮਿਟਿਡ ਹੈਗੇ ਦੁਨੀਆ ਦੇ ਵਿੱਚ ਅਨਲਿਮਿਟਿਡ ਤਾਂ ਕੋਈ ਚੀਜ਼ ਹੈਗੀ ਨਹੀਂ ਆਮ ਅਗਰ ਇੱਕ ਪਾਸੇ ਜਾਂਦੇ ਦੂਜੇ ਪਾਸੇ ਨਹੀਂ ਹੁੰਦੇ ਸੋ ਜਦੋਂ ਆਪਾਂ ਵੈਲਥ ਦੀ ਗੱਲ ਕਰਦੇ ਆ ਲੈਟਸ ਸਟਾਰਟ ਵਿਦ ਦ ਯੂਨਾਈਟਿਡ ਸਟੇਟਸ ਰਾਈਟ um to see you describe ge, united states the a policy perspective though joe extra wealthy hen, you know extremely wealthy the wealthiest of the wealthy pamiu bill gates ope uh koch brothers ho, pa, ho, um, you know you can go down the list elon musk the wealthiest people in this country in the world mark zuckerberg right um, uh, these people ਕਿੰ ਪਾਲਿਸੀਜ਼ ਨੇ ਉਹਨਾਂ ਨੂੰ ਉਸ ਮੁਕਾਮ ਤੱਕ ਪਹੁੰਚਣ ਦਿੱਤਾ ਹੈ ਔਰ ਡੂ ਯੂ ਫੀਲ ਇਟਸ ਲਾਈਕ ਮਾਰਕੀਟ ਫੋਰਸਸ ਇਹ ਜੇ ਦਿ ਗੁਡ ਜਦੋਂ ਚੰਗੀ ਤਰੀਕੇ ਨਾਲ ਇਹ ਗੱਲ ਹੁੰਦੀ ਹੈ ਤੇ ਮਨੀ ਸ਼ਿਫਟ ਹੁੰਦੀ ਹੈ ਫ੍ਰੀ ਮਾਰਕੀਟ ਦੇ ਵਿੱਚ ਉਹ ਚ ਕੋਈ ਲਿਮਿਟੇਸ਼ਨ ਨਹੀਂ ਵੀ ਕੌਣ ਕਿੰਨਾ ਵੇਚ ਹੋ ਸਕਦਾ ਐਂਡ ਆਈ ਬਲੀਵ ਇਨ ਥੈਟ ਕਨਸੈਪਟ ਕਿਉਂਕਿ ਜੇ ਤੀ ਉਹਦਾ ਆਪੋਜ਼ਿਟ ਇਹ ਹੈ ਕਿ ਹਰ ਕਿਸੇ ਨੂੰ ਕੋ ਲਿਮਿਟ ਕਰੋ ਕਿ ਕਿੰਨੀ ਇਨਕਮ ਕੋਈ ਨਾ ਬਣਾ ਸਕਦਾ ਥੈਟਸ ਏ ਵੈਰੀ ਡੇਂਜਰਸ ਥਿੰਗ ਜੋਦੀ ਉਸਰਾ ਤੁਰ ਪੈਨੇ ਆ ਅੰਤੋਂ ਜਿਹੜੇ ਪਾਵਰ ਚ ਲੋਕ ਹੁੰਦੇ ਨੇ ਉਹ ਕਿਸੇ ਨੂੰ ਵੀ ਲਿਮਟ ਕਰ ਸਕਦੇ ਆ ਕਿਸੇ ਲੈਵਲ ਤੇ ਵੀ ਕਰ ਸਕਦੇ ਆ ਸੋ ਸੋਸ਼ਲਿਜ਼ਮ ਥਾਂ ਥਾਂ ਟਰਾਈ ਕੀਤਾ ਜਾ ਚੁੱਕਾ ਹੈ ਕਾਮਨਿਜ਼ਮ ਟਰਾਈ ਕੀਤਾ ਜਾ ਚੁੱਕਾ ਹੈ ਇਟਸ ਬੀਨ ਫੇਲੀਅਰ ਏਵਰੀ ਟਾਈਮ ਇਟਸ ਬੀਨ ਫੇਲੀਅਰ ਸੋ ਉਹ ਤੇ ਉਹ ਤੇ ਗੱਲ ਸਹੀ ਹੈ ਕਿ ਅਸੀਂ ਕਿਸੇ ਨੂੰ ਲਿਮਟ ਨਹੀਂ ਕਰਨਾ ਚਾਹੁੰਦੇ ਪਰ ਇੱਕ ਜਿਹਨੂੰ ਚੰਗੀ ਇਕਨੋਮੀ ਹੁੰਦੀ ਹੈ ਜਿਵੇਂ ਅਮਰੀਕਾ ਨੇ ਪ੍ਰੂਵ ਕੀਤਾ ਦੁਨੀਆ ਦੇ ਵਿੱਚ ਜਿੰਨੀ ਵੱਡੀ ਅਮਰੀਕਾ ਨੇ ਮਿਡਲ ਕਲਾਸ ਕ੍ਰੀਏਟ ਕੀਤੀ ਔਰ ਜਿੱਦੀ ਛੇਤੀ ਕੀਤੀ Uh, 1900 ਤੋਂ ਲੈ ਕੇ 1940 50 ਤੱਕ 60 ਤੱਕ ਨੈਵਰ ਵਾਸ ਡਨ ਇਨ ਦੀ ਇੰਟਾਇਰ ਹਿਸਟਰੀ ਆਫ ਵਰਲਡ ਤੇ ਉਹ ਕਿਵੇਂ ਕੀਤੀ ਇਹਨਾਂ ਨੇ ਕਿਉਂਕਿ ਉਹ ਇੰਡਸਟਰੀਅਲਾਈਜੇਸ਼ਨ ਦੇ थ्रू ਹੋਈ ਔਰ ਉਹ ਉਹਦਾ ਇੱਕ ਵੱਡੀ ਕਾਰਨ ਉਹਦਾ ਵੱਡਾ ਇਹ ਕਿਹੜਾ ਬੈਨੀਫਿਟ ਸੀਗਾ ਉਹ ਇਹ ਸੀਗਾ ਕਿ ਆਪਰਚੂਨਿਟੀ ਹਰ ਕਬ ਨੂੰ ਅਵੇਲੇਬਲ ਸੀਗੀ ਹਮ ਹਮ ਕਿ ਤੁਸੀਂ ਕੰਮ ਕਰੋ ਔਰ ਕੰਮ ਅਗਰ ਤੁਸੀਂ ਜਿਹੜਾ ਬੰਦਾ ਹਾਰਡ ਕੰਮ ਕਰਦਾ ਜਾਂ ਜਿਹੜਾ ਹਾਰਡ ਕੰਮ ਕਰਕੇ ਆਪਣੀ ਹਾਈ ਐਜੂਕੇਸ਼ਨ ਲੈਂਦਾ ਕਿਸੇ ਤਰੀਕੇ ਨਾਲ ਵੀ ਸੋਚ ਲਓ ਭਾਵੇਂ ਐਜੂਕੇਸ਼ਨ ਸੋਚ ਲਓ ਤੇ ਭਾਵੇਂ ਮੈਨੂਅਲ ਲੇਬਰ ਨੂੰ ਹਾਰਡ ਕਮ ਸੋਚ ਲਓ ਧਰ ਲਈ ਆਪਰਚੂਨਿਟੀ ਸੀ স্মੋਲ ਕੁ ਵਿੱਚ ਔਰ ਉਹ ਫੇਅਰਲੀ ਡਿਸਟ੍ਰਿਬਿਊਟਸ ਹਿਅਰ ਰਿਚ ਲੋਕੀ ਜਿਹੜੇ ਉਦੋਂ ਹੀ ਬਹੁਤ ਸਨ ਅਮਰੀਕਾ ਦੇ ਵਿੱਚ ਬਹੁਤ ਤਗੜੇ ਬਿਲੀਅਨਅਰ ਜਿੰਨੇ ਉਦੋਂ ਹੋਏ ਆ 18 ਲੇਟ 1800ਸ ਅੱਜ ਤੱਕ ਨਹੀਂ ਹੋਏ ਅੱਜ ਤੱਕ ਰਿਚ ਅਮਰੀਕਨ ਜਿਹੜੇ ਅੱਜ ਦੇ ਹੈਗੇ ਆ ਉਹ ਰਾਕਫੈਲਰ ਨਾਲੋਂ ਵੱਡਾ ਅਜੇ ਤੱਕ ਕੋਈ ਨਹੀਂ ਬਣਿਆ ਯਾ ਇਹ ਨਹੀਂ ਬਣੀ ਸੀ ਉਹ ਕੋ ਪਰ ਉਹ ਤੋਂ ਬਾਅਦ ਅਮਰੀਕਾ ਨੇ ਐਂਟੀਟਰਸਟ ਬਿਲ ਪਾਸ ਕਰਕੇ ਉਹ ਉਹਨਾਂ ਨੇ ਮੋਨੋਪੋਲੀਜ਼ ਬਣਾ ਲੀਆਂ ਸਨ ਉਹ ਤੋੜਦੀਆਂ ਹੁਣ ਮੋਨੋਪੋਲੀਜ਼ ਨਹੀਂ ਹੋ ਸਕਦੀਆਂ ਹੂੰ ਸੋ ਇੱਕ ਤਰ੍ਹਾਂ ਨਾਲ ਲਿਮਿਟ ਕੀਤਾ ਫ੍ਰੀ ਮਾਰਕੀਟ ਨੂੰ ਸੋ ਅਮਰੀਕਾ ਐਜ਼ ਇਟ ਵੈਂਟ ਲੌਂਗ ਇਨ ਇੱਕੇ ਹੀ ਚ ਲਿਮਿਟੇਸ਼ਨ ਨਵੇਂਵੇਂ ਲਾਅ ਕੱਢ ਕੇ ਕੰਟਰੋਲ ਕੀਤਾ ਫ੍ਰੀ ਮਾਰਕੀਟ ਨੂੰ ਹੂੰ ਅਮਰੀਕਾ 'ਚ ਟੋਟਲ ਫ੍ਰੀ ਮਾਰਕੀਟ ਨਹੀਂ ਹੈਗੀ ਦੁਨੀਆ 'ਚ ਕਿਹੜੀ ਟੋਟਲ ਫ੍ਰੀ ਮਾਰਕੀਟ ਨਹੀਂ ਹੈਗੀ ਅੱਛਾ ਹੁਣ ਤੁਸੀਂ ਕਹਿੰਦੇ ਵੀ ਹਣ ਆ ਕੀ ਗੱਲ ਹੋਈ ਵੀ ਇਦਾਂ ਕਿਉਂ ਨਜ਼ਾਰਾ ਸ਼ਿਫਟ ਹੋਇਆ ਇਹ ਦੋ ਕਾਰਨ ਨੇ ਇੱਕ ਤੇ ਹੈ ਕਿ ਮੈਨੂਫੈਕਚਰਿੰ ਇਹ ਹੁਣ ਇਕਨੋਮੀ ਬਣ ਗਈ ਹੈ ਸਰਵਿਸ ਦੇ ਦੋ ਹਿੱਸੇ ਨੇ ਇੱਕ ਜਿਹੜੇ ਤੁਹਾਨੂੰ ਆਮ ਲੋਕ ਸਰਵ ਕਰਦੇ ਨੇ ਮੰਨ ਲਓ ਜਿਹੜਾ ਬੰਦਾ ਫਾਸ ਫੂਡ ਰੈਸਟੋਰੈਂਟ ਚ ਕੰਮ ਕਰ ਰਿਹਾ ਥੈਟ ਇਸ ਸਰਵਿਸ ਇਕਨੋਮੀ ਸਰਵਿਸ এমਪਲੋਈ ਪਰ ਦੂਸਰੇ ਬਨੇ ਜਿਹੜੀ ਇਹ ਜਿਹੜੀ ਸਰਵਿਸ ਆ ਤਾਂ ਜਾਂ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਉਹ ਤਬਦੀਲ ਹੋ ਗਈ ਆ ਨੋਲਜ ਇਕਨੋਮੀ ਚ ਹਮ ਨੋਲਜ ਵਾਲੇ ਲੋਕਾਂ ਕੋਲ ਜ਼ਿਆਦਾ ਪਾਵਰ ਜਾ ਰਹੀ ਆ ਹਮ ਹਮ ਬਿਜ਼ਨਸ ਜਿਹੜਾ ਸਾਡਾ ਹੈਗਾ ਉਹ ਨਹੀਂ ਕਦੀ ਫੇਸਬੁਕ ਲੈ ਲੋ ਜਾ ਯੂ نو ਮਾਈਕਰੋਸਾਫਟ ਲੈ ਰੋ ਕੋਈ ਵੀ ਜਿਹੜੀ ਚੰਪਨੀ ਵੱਡੀਆਂ ਹੈਗੀਆਂ ਨੇ ਕੁਝ ਹੱਦ ਤੱਕ ਹਾਈ ਟੈਕਨੋਲੋਜੀ ਹੈ ਕੁਝ ਹੱਦ ਤੱਕ ਇਸ ਨੌਲੇਜ ਇਕਨੋਮੀ ਜੀ ਠੀਕ ਹੈ ਨਾ ਅੱਛਾ ਉਹਦੇ ਚ ਇਹ ਹੋਣਾ ਹੀ ਹੈ ਕਿ ਜਿਹੜੀ ਮਣੀ ਹੈ ਉਹ ਸ਼ਿਫਟ ਹੋਣੀ ਹੈ ਟਰਵਰਡਸ ਬੈਟਰ এডਿਊਕੇਟਿਡ ਪੀਪਲ ਹੂੰ ਇਹ ਤੇ ਤੁਸੀਂ ਕੋਈ ਇਹ ਚ ਕੋਈ ਮਾੜਾ ਕੰਮ ਨਹੀਂ ਹੋ ਰਿਹਾ ਹੈ ਤੇ ਹੋਣਾ ਹੀ ਹੈ ਸੋ ਪਰ ਜਿੰਨਾ ਚ ਹਰ ਇੱਕ ਨੂੰ ਇਕੁਅਲ ਓਪਰਚ्युनिटी ਹੈ ਆਪਣੇ ਨੂੰ ਐਜੂਕੇਟ ਕਰਨ ਦੀ देयर ਇਜ਼ ਨਥਿੰਗ ਰੋਂਗ ਵਿਦ दैट ਜੀ ਰਵੀ ਜੀ ਰਵੀ ਜੀ ਯੂ نو ਆਮ ਆ ਆਈ ਹੋਲਡ ਯੂ ਇਨ ਹਾਈ ਰਿਗਾਰਡ ਬਟ ਤੁਸੀਂ ਮੇਰਾ ਸਵਾਲ ਦਾ ਜਵਾਬ ਨਹੀਂ ਦਿੱਤਾ ਤੁਸੀਂ ਮੈਨੂੰ ਇਹ ਦੱਸੋ ਕਿ ਪੋਲਿਸੀ ਪਰਸਪੈਕਟਿਵ ਤੋਂ ਆਈ ਐਮ ਸ਼ੋਰ ਯੂ ਅੰਡਰਸਟੈਂਡ ਕਿ ਮੈਂ ਕਿਸ ਡਾਇਰੈਕਸ਼ਨ ਵਿੱਚ ਜਾ ਰਹੀ ਹਾਂ ਫਰਮ ਅ ਪੋਲਿਸੀ ਪਰਸਪੈਕਟਿਵ ਜਿੱਥੇ ਵੈਲਥ ਕਨਸੈਂਟਰੇਸ਼ਨ ਵੈਲਥ ਅਕਿਮੂਲੇਸ਼ਨ ਦੀ ਗੱਲ ਆਂਦੀ ਹੈ ਤੁਹਾਡੇ ਖਿਆਲ ਚ ਪਿਛਲੇ 30 ਸਾਲਾਂ ਦੇ ਵਿੱਚ ਕਜ਼ ਦ 70ਸ ਤੁਸੀਂ ਸਹੀ ਗੱਲ ਕਹੀ ਹੈ 70ਸ ਤੋਂ ਬਾਅਦ ਕੁਝ ਸ਼ਿਫਟ ਹੋਇਆ ਹੈ ਯੂ ਐਸ ਗਵਰਨਮੈਂਟ ਦੇ ਵਿੱਚ ਪੋਲਿਸੀ ਪਰਸਪੈਕਟਿਵ ਤੋਂ ਆਮ ਜੋ ਅੱਜ ਦੀ ਡੇਟ ਵਿੱਚ ਉਬਰਵੈਲ ਦੀ ਹਨ ਉਹਨਾਂ ਨੂੰ ਕਿੰਨ ਪੋਲਿਸੀਜ਼ ਨੇ ਬੈਨੀਫਿਟ ਕੀਤਾ ਹੈ ਉਹ ਉਥੇ ਮੈਂ ਤੁਹਾਨੂੰ ਆਪਣਾ ਓਪੀਨੀਅਨ ਦੇ ਦਿੰਦਾ ਹਾਂ ਤੁਸੀਂ ਲੋਕੀ ਤੁਹਾਨੂੰ ਲੈਕਸ ਵੀ ਵੀ ਕਰ ਸਕਦੇ ਆ ਮੇਰੇ ਖਿਆਲ ਚ ਇਹ ਮੈਂ ਦੂਜੀ ਗੱਲ ਕਹਿਣੀ ਸੀਗੀ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਨੇਚਰਲੀ ਹੋ ਰਿਹਾ ਉਹਨੂੰ ਅਸੀਂ ਅਵੋਇਡ ਨਹੀਂ ਕਰ ਸਕਦੇ ਅੱਛਾ ਜਿਹੜਾ ਜਿਹੜਾ ਰੋਂਗ ਤਰੀਕੇ ਨਾਲ ਗਲਤ ਤਰੀਕੇ ਨਾਲ ਹੋ ਰਿਹਾ ਉਹ ਇਹ ਹੋ ਰਿਹਾ ਹੈ ਕਿ ਫਾਈਨੈਂਸ਼ੀਅਲ ਮਾਰਕੀਟਸ ਜਿਹੜੀਆਂ ਨੇ ਉਹ ਯੂਨਾਈਟਿਡ ਸਟੇਟਸ ਫੈਡ ਰਿਜ਼ਰਵ ਤੇ ਟ੍ਰੈਜ਼ਰੀ ਡਿਪਾਰਟਮੈਂਟ ਇਹਨਾਂ ਨੇ ਬਹੁਤ ਉਹਨਾਂ ਨੂੰ ਇੰਜੀਨੀਅਰ ਕਿਹਾ ਜਾਂਦਾ ਇੰਜੀਨੀਅਰ ਕੀਤਾ ਉਹਨਾਂ ਨੂੰ ਯਾਨੀ ਕਿ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਕੰਟਰੋਲ ਕਰਕੇ ਇਹਨਾਂ ਨੇ ਮਨੀ ਸਪਲਾਈ ਇੰਨੀ ਜ਼ਿਆਦਾ ਵਧਾਈ ਹੈ ਬੇਸਿਕਲੀ ਫੰਡਮੈਂਟਲੀ ਪ੍ਰੋਮੈਥੂ ਸ਼ੁਰੂ ਹੁੰਦੀ ਹੈ ਕਿ ਜੋ ਕੋਈ ਵੀ ਇਕਨੋਮੀ ਹੈ ਉਹ ਸਿਰਫ ਦੋ ਚੀਜ਼ਾਂ ਨਾਲ ਗਰੋਅ ਹੋ ਸਕਦੀ ਹੈ ਇੱਕ ਇੱਕ ਪੋਪੂਲੇਸ਼ਨ ਤੇ ਨੰਬਰ 2 ਪ੍ਰੋਡਕਟਿਵਿਟੀ ਇਹ ਲਿਮਿਟ ਹੈ ਕਿਸੇ ਵੀ ਇਕਨੋਮੀ ਦੇ ਦਿੱਤੇ ਉਹ ਤੋਂ ਜ਼ਰਾ ਕੋਈ ਇਕਨੋਮੀ ਗਰੋ ਨਹੀਂ ਹੋ ਸਕਦੀ ਤੇ ਅੱਛਾ ਹੁਣ ਅਮਰੀਕਾ ਦੀ ਪੋਪੂਲੇਸ਼ਨ ਜਿਹੜੀ ਹੈ ਇਹ ਫਲੈਟ ਹੋ ਚੁੱਕੀ ਸੀਗੀ ਸਾਰੇ ਵੈਸਟਰਨ ਯੂਰਪ ਦੀ ਸਭ ਦੀ ਪੋਪੂਲੇਸ਼ਨ ਫਲੈਟ ਹੋ ਕੇ ਡਿਕਲਾਈਨ ਹੋ ਰਹੀ ਹੈ ਅਮਰੀਕਾ ਜਿ ਇਮੀਗ੍ਰੇਸ਼ਨ ਹੈਗੀ ਆ ਸੋ ਬੇਸਿਕਲੀ ਫਲੈਟ ਰਹਿੰਦੀ ਹੈ ਥੋੜੀ ਜੀ ਸ਼ੈ ਘਟੇ ਲੇਕਿਨ ਬੇਸਿਕਲੀ ਫਲੈਟ ਹੈ ਯੂਰਪ ਵੀ ਤਾਂ ਹੋਰ ਵੀ ਮਾੜੀ ਕੰਡੀਸ਼ਨ ਚ ਨੇ ਤੇ ਪ੍ਰੋਡਕਟਿਵਿਟੀ ਜਿਹੜੀ ਅਮਰੀਕਾ ਦੀ ਸੀਗੀ ਉਹ ਵੀ ਸਟਾਲ ਹੋ ਚੁੱਕੀ ਹੈ 20 ਸਾਲਾਂ ਦੀ ਸਟਾਲ ਰਹਾ ਤੇ 2-3% ਤੇ ਗਰੋ ਹੋਦੀ ਸੀਗੀ ਇਹ 1% ਤੋਂ ਘੱਟ ਦੇ ਗਰੋ ਹੋ ਰਹੀ ਹੈ ਹਮਮ ਪਰ ਜਿਹੜੀ ਅਮਰੀਕਨ ਸਿਸਟਮ ਹੈ ਉਹ ਗਰੋਥ ਤੇ ਡਿਪੈਂਡੈਂਟ ਹੈ ਹਮਮ ਇਹ ਪਾਲਦੇ ਨੇ ਕਿ 3% ਗਰੋਥ ਹਮਮ ਤੇ ਜਿੰਨੀ ਜਦੋਂ ਪੋਪੂਲੇਸ਼ਨ ਫਲੈਟ ਹੋਵੇ ਤੇ ਪ੍ਰੋਡਕਟਿਵਿਟੀ 2% ਤੋਂ ਘੱਟ ਹੋਵੇ ਤੁਹਾਨੂੰ ਇੱਕ ਡਬਲ ਡਿਪਰੈਸ਼ਨ ਜ਼ਿਆਦਾ ਤੇ ਗਰੋ ਨਹੀਂ ਹੋਹਾ ਹਦਾ ਸੋ ਇਹਨਾਂ ਨੇ ਕਿਸ ਤਰ੍ਹਾਂ ਨਾਲ ਬਾਕੀ ਗਰੋ ਕੀਤੀ ਹੈ ਦੇ ਡਿਡ ਇਟ ਬਾਈ ਫਾਈਨੈਂਸ਼ੀਅਲ ਇੰਜੀਨੀਅਰਿੰਗ ਉਹ ਇਹ ਹੈ ਕਿ ਮਨੀ ਹੋਰ ਚੀਪ ਕਰੀ ਜਾਓ ਤੇ ਆਪਣੇ ਇੰਟਰਸਟ ਰੇਟ ਲੋ ਕਰੀ ਜਾਓ ਉਹ ਜਿਹੜੀ ਮਨੀ ਉਹਨੇ ਕਿਤੇ ਜਾਣਾ ਜਿਹੜੇ ਜ਼ਿਆਦਾ ਪਹਿਲਾਂ ਜਦੋਂ 2008 ਦਾ ਕ੍ਰੈਸ਼ ਆਇਆ ਉਸ ਵੇਲੇ ਜਿੰਨੀ ਮਨੀ ਇਹਨਾਂ ਨੇ ਪੰਪ ਕੀਤੀ ਸਿਸਟਮ ਦੇ ਵਿੱਚ ਉਹ ਸਾਰੀ ਬੈਂਕਰਸ ਕੋਲ ਚਲੀ ਗਈ ਹਮਮ ਇਹ ਕਿਉਂਕਿ ਬੈਂਕਿੰਗ ਸਿਸਟਮ ਨੂੰ ਸੇਵ ਕਰਨਾ ਸੀ ਇਨੀਸ਼ੀਅਲੀ ਤੇ ਜਾਣੀ ਸੀ ਉਹਨਾਂ ਕੋਲ ਕਿਉਂਕਿ ਉਹਨਾਂ ਨੂੰ ਸੇਵ ਕਰਨਾ ਸੀ ਲੇਕਿਨ ਫਿਰ ਉਹਨਾਂ ਨੇ ਉਹ ਟੈਪ ਬੰਦ ਨਹੀਂ ਕੀਤੀ ਚਲੀ ਗਏ ਚਲੀ ਗਏ ਚਲੀ ਗਏ ਸਾਰੇ ਉਹ ਬਾਵਾਂ ਯੀਅਰ ਦੇ ਵਿੱਚ ਨਾ ਨੇ ਉਹ ਮਨੀ ਬੈਕ ਆਫ ਨਹੀਂ ਕੀਤੀ ਅਖੀਰ ਤੇ ਕਰਨ ਲੱਗੇ ਸੀਗੇ ਜੇ ਉਹ ਕਰਨ ਲੱਗੇ ਸੀ ਤੇ ਫਿਰ ਕੋਈ ਨਾ ਕੋਈ ਇੱਕ ਹੋਰ ਆਫਤ ਆ ਜਾਂਦੀ ਹੈ ਫਿਰ ਇਹਨਾਂ ਨੇ ਹੋਣਾ ਆ ਵਾਇਰਸ ਕਰਕੇ ਜਿੰਨੀ ਮਨੀ ਅਮਰੀਕਾ ਨੇ ਪਿਛਲੇ ਸਾਲ ਦੇ ਵਿੱਚ ਪ੍ਰਿੰਟ ਕਰਤੀ ਹੈ ਅਮਰੀਕਾ ਕੋਲ ਐਕਸਟਰਾ ਮਨੀ ਹੈ ਨਹੀਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਅਮਰੀਕਾ ਤੋਂ ਅਸੀਂ ਲੋਨ ਲੈ ਰਹੇ ਹਾਂ ਔਰ ਮਨੀ ਪ੍ਰਿੰਟ ਕਰ ਰਹੇ ਹਾਂ ਜੀ ਰਵੀ ਜੀ ਕਿਹੜੀ ਟੌਪਿਕ ਆਸੈਂਟ ਹੋ ਰਹੀ ਹੈ ਜੀ 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 ਸੋ ਯੂ نو ਆਈ ਅੰਡਰਸਟੈਂਡ ਕਿ ਤੁਸੀਂ ਕੀ ਪੁਆਇੰਟ ਬਣਾ ਰਹੇ ਹੋ ਬਟ ਵਾਂਸ ਐਂਡ ਕਮਿੰਗ ਬੈਕ ਟੂ ਜੋ ਸਾਡਾ ਅੱਜ ਮੁੱਦਾ ਹੈਗਾ ਕਿ ਕੰਪੈਰੀਜ਼ਨ ਕਰਨਾ ਰਾਈਟ ਤੁਸੀਂ ਕਿਹਾ ਕਿ ਇੰਡਸਟਰੀਅਲਾਈਜ਼ੇਸ਼ਨ ਕਰਕੇ ਇੱਕ ਬਹੁਤ ਚੇਂਜ ਆਇਆ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਇੱਕ ਬਾਰੀ ਫਿਰ ਚੇਂਜ ਆਇਆ ਜਦੋਂ ਇੰਡਸਟਰੀਅਲ ਇੰਡਸਟਰੀਅਲਾਈਜ਼ੇਸ਼ਨ ਦੀ ਐਗਜ਼ਿਟ ਹੋਈ ਐਜ਼ ਅ ਮੇਨ ਪ੍ਰੋਡਿਊਸਰ mean uh, you know industry for this country um ki tusi is point de naal sahamti rakhde ho ki jo eh farm bills han ya jo um eh jo matlab in the goal hai sarkar da goal hai in kanuna de naal eh efforts de naal oh ik kisam di india de vich industrialization and modernization the attempt hai haan ji attempt te hai ਕਵੈਸਚਨ ਹੈ ਵੀ ਤੁਸੀਂ ਨੂੰ ਕਿਸ ਤਰ੍ਹਾਂ ਕੈਰੀ ਆਊਟ ਕਰਦੇ ਹੋ ਅਟੈਂਪਟ ਬੀਜੇਪੀ ਦੀ ਓਪਨ ਲੀਗ ਅਟੈਂਪਟ ਹੈ ਹੈਗੀ ਆ ਕਿ ਅਸੀਂ ਇੰਡੀਆ ਨੂੰ ਮਾਡਰਨਾਈਜ਼ ਕਰਨਾ ਹੈ ਫ੍ਰੀ ਮਾਰਕੀਟਸ ਵਾਲੇ ਬਣੇ ਜਾਣਾ ਹੈ ਥੈਟ ਇਜ਼ ਟ੍ਰੂ ਐਂਡ ਆਈ ਫੰਡਾਮੈਂਟਲੀ ਬੇਸਿਕਲੀ ਅਗਰੀ ਵੀਥ ਥੈਟ ਪੀ ਓਵਰਆਲ ਯੂ ਸ਼ੁੱਡ ਬਿਕਾ ਸਾਰੇ ਇੰਡੀਆ ਦੇ ਲਈ ਉਹ ਬਿਹਤਰ ਹੋਵੇਗਾ ਲੇਕਿਨ ਕਵੈਸਚਨ ਹੁੰਦਾ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਸੋ ਇੱਥੇ ਤੁਸੀਂ ਇੰਡੀਆ ਨੂੰ ਅਮਰੀਕਾ ਨਾਲ ਕੰਪੇਅਰ ਕਰ ਸਕਦੇ ਹੋ ਕਿਉਂਕਿ ਅਮਰੀਕਾ ਉਸ ਚੀਜ਼ ਤੋਂ ਗੁਜ਼ਰ ਚੁੱਕਾ ਹੈ ਹਮਮ ਪਰ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਅਮਰੀਕਾ ਇੰਨਾ ਫਰਕ ਹੈ ਇੰਡੀਆ ਦੇ ਨਾਲ ਕਿ ਇਹ ਕੰਪੇਅਰ ਕਰਨਾ ਸ਼ਾਇਦ ਫੇਅਰ ਨਹੀਂ ਵੈਲ ਇੱਕ ਹੋਰ ਕੰਟਰੀ ਨਾਲ ਤੁਸੀਂ ਕੰਪੇਅਰ ਕਰ ਸਕਦੇ ਆ ਦੈਟਸ ਚਾਈਨਾ ਜਦੋਂ 1947 ਚ ਇੰਡੀਆ ਫ੍ਰੀ ਹੁੰਦਾ ਆ ਮੇਰੇ ਖਿਆਲ 1948-49 ਚ ਮਾਓ ਦੀ ਰੈਵੋਲੂਸ਼ਨ ਸੀਗੀ ਇਹ ਦੋ ਗ੍ਰੇਟ ਕੰਟਰੀਆਂ ਦੁਨੀਆ ਦੀਆਂ ਇੱਕੋ ਟਾਈਮ ਤੇ ਫ੍ਰੀ ਹੋਈਆਂ ਸੀਗੀਆਂ ਇੱਕ ਤਰੀਕੇ ਨਾਲ ਔਰ ਇਹ ਸਾਰੀ ਦੁਨੀਆ ਵੇਂਦੀ ਸੀ ਪਰ ਹੁਣ ਵੇਖਣਾ ਹੈ ਕਿ ਬਈ ਇੰਡੀਆ ਇੱਕ ਡੈਮੋਕਰੈtic ਕੰਟਰੀ ਹੈ ਜਿਨੇ ਕਿ ਬ੍ਰਿਟਿਸ਼ ਮਾਡਲ ਲਿਆ ਹੈ ਚਾਈਨਾ ਜਿਹੜਾ ਉਹ ਕਾਮਨਿਸਟ ਸਾਈਡ ਤੇ ਜਾ ਰਿਹਾ ਹੈ ਤੇ ਇਹਨਾਂ ਦੋਵਾਂ ਚੋਂ ਕਿਹੜਾ ਅੱਗੇ ਵਧੇਗਾ ਇੱਕ ਬੜਾ ਵੱਡਾ ਐਕਸਪੈਰੀਮੈਂਟ ਸਿਗਾ ਹੁਣ ਕਈ ਕੁਝ ਹੋ ਚੁੱਕਾ ਹੈ ਚਾਈਨਾ ਉਹ ਕਾਮਨਿਸਟ ਨਹੀਂ ਚਾਈਨਾ ਅੱਜ ਕੈਪੀਟਲਿਸ ਕੰਟਰੀ ਐਕਚੁਅਲੀ ਲੇਕਨ ਅਥਾਰਟੀਰੀਅਨ ਡिक्टੇਟਰਸ਼ਿਪ ਵਾਲੀ ਕੈਪੀਟਲਿਸ ਕੈਪੀਟਲਿਸਿਮ ਨੂੰ ਵਰਤ ਰਿਹਾ ਨੇ ਉਹ ਹੂੰ ਹੂੰ ਇੰਡੀਆ ਨੇ ਆਪਣੇ ਨੂੰ ਡੈਮੋਕਰੇਟ ਰੱਖਣ ਦੀ ਕੋਸ਼ਿਸ਼ ਕੀਤੀ ਆ ਲੇਕਨ ਇੰਡੀਆ ਵਿੱਚ ਵੀ ਬਹੁਤ ਅਥਾਰਟੀਰੀਅਨ ਤੇ ਬਹੁਤ ਯਾਨੀ ਕਿ ਤਕੇਵੜੇ ਕਾਮੂ ਹੀ ਹੁੰਦੇ ਨੇ ਉਹ ਨਹੀਂ ਉਹ ਜਸਟਿਸ ਲੈਵਲ ਨਹੀਂ ਜੋ ਅਸੀਂ ਵੈਸਟਰਨ ਕੰਟਰੀਆਂ ਜਾਣਦੇ ਆ ਲੇਕਿਨ ਇੰਡੀਆ ਨੇ ਕੋਸ਼ਿਸ਼ ਕੀਤੀ ਹੈ ਕੁਝ ਹੱਦ ਤੱਕ ਡੈਮੋਕਰੇਟ ਰਹਿਣ ਦੀ ਜਿੰਨਾ ਵੀ ਕਰ ਸਕਿਆ ਔਰ ਉਹ ਵੀ ਹੁਣ ਫ੍ਰੀ ਮਾਰਕੀਟ ਵਾਲੇ ਬਣੇ ਜਾਣ ਲੱਗ ਪਏ ਆਫਟਰ 1990 अर्ली 1990s ਜਿਹਨਾਂ ਨੇ ਛੱਡਤਾ ਸੋਸ਼ਲਿਜ਼ਮ ਦਾ ਖੜਾ ਤੇ ਸੋਵੀ ਯੂਨੀਅਨ ਦਾ ਹੁਣ ਅਗਰ ਅਸੀਂ ਵੇਖੀਏ ਅੱਜ 1990 91 92 ਨੂੰ ਹੀ ਤੇ ਹੁਣ 30 ਸਾਲ ਹੋ ਗਏ ਨੇ ਤੇ ਅਗਰ ਚੀਨ ਨੂੰ ਤੇ ਇੰਡੀਆ ਨੂੰ ਕੰਪੇਅਰ ਕਰੀਏ ਚੀਨ ਹੈਜ਼ ਡਨ ਲਾ ਬੈਟਰ ਦਨ ਇੰਡੀਆ ਵੀ ਨੋ ਦੈਟ ਜੀ ਬਿਲਕੁਲ ਇਮ ਵਿਚ ਵਿਚ ਬੈਗਸ ਦਾ ਕੁਐਸਚਨ ਕਿ ਇਸ ਸਾਈਜ਼ ਦਾ ਕੰਟਰੀ ਜੋ ਇਸ ਦੁਨੀਆ ਵਿੱਚ ਇਸ ਵੇਲੇ ਸਿਰਫ ਦੋ ਹੀ ਹਨ ਇੰਡੀਆ ਐਂਡ ਚਾਈਨਾ ਆਮ ਕਿੰਨੀ ਵੱਡੀ ਪੋਪੂਲੇਸ਼ਨ ਇਸ ਤਰ੍ਹਾਂ ਦੇ ਗਲੋਬਲ ਚੈਲੰਜਸ ਆਮ ਯੂ نو ਇੱਕ ਪਾਸੇ ਚਾਈਨਾ ਜਿਸ ਤਰ੍ਹਾਂ ਤੁਸੀਂ ਕਿਹਾ ਇਸ ਸਕਸੀਡਿੰਗ ਵਿਦ देयर ਅਥਾਰிட்டਰੀਅਨ ਕੈਪੀਟਲਿਜ਼ਮ ਦੂਜੇ ਪਾਸੇ ਇੰਡੀਆ ਦਾ ਮਾਡਲ ਆਮ ਯੂ نو ਇਟ ਬੈਗਸ ਦਾ ਕੁਐਸਚਨ ਕਿ ਇੱਕ ਕੋਈ ਕੰਟਰੀ ਇਸ ਸਾਈਜ਼ ਦਾ ਜਿੰਨੀ ਵੱਡੀ ਪੋਪੂਲੇਸ਼ਨ ਇੰਨੇ ਲੋਕੀ ਉਹਨਾਂ ਨੂੰ ਫੀਡ ਕਰਨੇ ਆ ਰਾਈਟ ਆ ਕੈਨ ਦੇ ਇਵਨ ਬੀ ਸਕਸੈਸਫੁਲ ਇਨ ਅ ਡੈਮੋਕ੍ਰੇਸੀ অর ਅ ਕੈਪੀਟਲ ਆਫ ਫ੍ਰੀ ਫੇਅਰ ਮਾਰਕੀਟ ਕੈਪੀਟਲਿਜ਼ਮ ਜਿਹਦੇ ਵਿੱਚ ਤੁਹਾਡੀ ਮੈਜੋਰਿਟੀ ਆਫ ਦਾ ਪੋਪੂਲੇਸ਼ਨ ਸਫਰ ਨਹੀਂ ਕਰੀ ਬਿਕੋਜ਼ ਯੈਸ ਚਾਈਨਾ ਇਸ ਵੈਰੀ ਸਕਸੈਸਫੁਲ ਬਟ ਉਹਨਾਂ ਦੀ ਜੋ ਪੋਪੂਲੇਸ਼ਨ ਹੈਗੀ ਉਹਨਾਂ ਦੇ ਬਾਰੇ ਪਾਵੇਂ ਤੁਸੀਂ ਇੱਕ ਹਿਊਮਨ ਰਾਈਟਸ ਜਾਂ ਫ੍ਰੀडम ਦੀ ਗੱਲ ਕਰ ਲਓ ਆ ਯੂ نو ਦਾ ਬਹੁਤ ਕਨਸਰਨਸ ਹਨ ਦੁਨੀਆ ਦੇ ਵਿੱਚ ਆ I want ਕੀ ਟਾਕਿੰਗ ਬੈਟ ਦਿਸ ਇਕੋ ਚੋਟ ਜੀ ਬ੍ਰੇਕ ਲੈ ਤੇ ਰੁਕਦੇ ਆ ਰਵੀ ਸਿੰਘ ਸ਼ੇਰਗਿੱਲ ਜੀ ਸਾਡੇ ਨਾਲ ਜੁੜੇ ਆ ਤੁਸੀਂ ਵੀ ਜਿਹੜਾ ਮਿਲਦੇ ਆ ਬ੍ਰੇਕ ਤੋਂ ਬਾਅਦ ਵਿਕਟਬਾਸਾ ਦਾ ਸਵਾਗਤ ਅੱਜ ਦੀ ਡੇਟ ਵਿੱਚ ਪੂਰੀ ਦੁਨੀਆ ਇਹ ਸਵਾਲ ਪੁੱਛ ਰਹੀ ਹੈ ਕਿ ਇੰਡੀਆ ਇੱਕ ਡੈਮੋਕ੍ਰੇਸੀ ਵੀ ਰਹਿ ਰਹੀ ਹੈ ਕਿ ਜੋ ਇੰਡੀਆ ਸ਼ੁਰੂਆਤ ਦੇ ਵਿੱਚ ਕਹਿ ਰਿਹਾ ਸੀ ਆਪਣੇ ਆਪ ਨੂੰ ਪ੍ਰਾਊਡਲੀ ਕਹਿੰਦਾ ਸੀ ਦ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਕਿ ਇੱਕ ਸੈਕੂਲਰ ਕੰਟਰੀ ਆ ਸ਼ੁਰੂਆਤ ਦੇ ਵਿੱਚ ਇਹ ਸੁਪਨਾ ਲੈ ਕੇ ਇੰਡੀਆ ਸ਼ੁਰੂ ਹੋਇਆ ਸੀ ਕਿ ਅੱਜ ਉਹ ਸੁਪਨਾ ਇੱਕ ਸੁਪਨਾ ਹੀ ਰਹਿ ਗਿਆ ਜਾਂ ਸਚਾਈ ਦੇ ਵਿੱਚ ਇੰਡੀਆ ਹਲੇ ਵੀ ਡੈਮੋਕ੍ਰੇਸੀ ਹੈ ਨਾ ਕਿ ਡੈਮੋਕ੍ਰੇਸੀ ਹੈਗੀ ਕੀ ਇਹ ਸਕਸੈਸਫੁਲ ਹੋ ਸਕਦਾ ਹੈ ਕਿ ਇੰਡੀਆ ਇੰਨੀ ਵੱਡੀ ਪੋਪੂਲੇਸ਼ਨ ਦੇ ਨਾਲ ਇੱਕ ਡੈਮੋਕ੍ਰੇਸੀ ਰਹੇ ਜਿਸ ਪਾਸੇ ਜਾ ਰਹੀ ਹੈ ਇੱਕ ਤੁਸੀਂ ਇਕਨੋਮੀ ਦੀ ਗੱਲ ਕਰ ਲਓ ਤੁਸੀਂ ਇੰਡਸਟਰੀ ਦੀ ਗੱਲ ਕਰੋ ਤੁਸੀਂ ਪੋਪੂਲੇਸ਼ਨ ਤੇ ਹਿਊਮਨ ਰਾਈਟਸ ਦੀ ਗੱਲ ਕਰ ਲਓ ਇਹ ਸਾਰੇ ਚੀਜ਼ਾਂ ਡਿਸਕਸ਼ਨ ਹੋ ਰਹੀ ਹੈ ਤੇ ਸਾਰ ਨਾਲ ਜੁੜੇ ਹਨ ਰਵਿੰਦਰ ਸਿੰਘ ਸ਼ੇਰਗਿਲ ਜੀ ਪੋਲਿਟੀਕਲ ਹਿਸਟੋਰੀਅਨ ਫਾਰਮਰ ਰਿਪਬਲਿਕਨ ਡੈਲੀਗੇਟ ਫਰਮ ਕੈਲੀਫੋਰਨੀਆ ਰਵਿੰਦਰ ਜੀ ਬੜੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ um uh, such an interesting conversation we're having and and you know um eh eh cheez nu discuss karna bahut zaruri hai because um it's it's such a mai kawangi bada ironic ja contrast itthe vekhn nu mil raha hai khaas karke saadi community de vich punjabi sikh republicans die hard conservative thinkers right and traditional conservatism the before Trump right? um, small government uh, fiscally conservative right and, and in a sense bananda because the community which entrepreneurs businessmen businessmen han, and they have come Pelli generation from in India India they also time the policies though so, um, you know they were burned in some way they were hurt in some way so they clung to the conservative republican party those same people ohi uh, log ki a bjp te modi sarkar titu tu karde hai ਬਟ ਉਹਨਾਂ ਦੇ ਬੱਚੇ ਕਹਿੰਦੇ ਆ ਕਿ ਤੁਹਾਡੀ ਰਿਪਬਲਿਕਨ ਪਾਰਟੀ ਤੇ ਉੱਥੇ ਦੀ ਬੀਜੇ ਪਾਰਟੀ ਇੱਕ ਹੈਗੀ ਜਦੋਂ ਉਹ ਆਪਣੇ ਅਮਰੀਕਨ ਲੋਕਾਂ ਨਾਲ ਆਪਣੇ ਦੋਸਤਾਂ ਨਾਲ ਗੱਲ ਕਰਦੇ ਰਾਈਟ ਆਵ ਸੀਨ ਥਿਸ ਸੋ ਆਮ ਟ੍ਰਾਈ ਟੂ ਅੰਡਰਸਟੈਂਡ ਕਿ ਉਹ ਚੀਜ਼ਾਂ ਦਾ ਤਾਲਮੇਲ ਕਿੱਥੇ ਜੁੜਦਾ ਹੈ ਐਂਡ ਆਮ ਆਫ ਕੋਰਸ ਇਹ ਡਿਸਕਸ਼ਨ ਅੱਜ ਇੱਕ ਪ੍ਰੋਗਰਾਮ ਦੇ ਵਿੱਚ ਬਿਲਕੁਲ ਨਹੀਂ ਕੰਪਲੀਟ ਹੋਏਗੀ ਬਹੁਤ ਹੀ ਗਹਿਰੀ ਡਿਸਕਸ਼ਨ ਹੈ ਤੁਸੀਂ ਜਿਸ ਤਰ੍ਹਾਂ ਸਾਨੂੰ ਦੱਸ ਰਹੇ ਹੋ ਹਿਸਟਰੀ ਡਿਕਟੇਟਸ ਬਟ ਆ ਵਾਂਟ ਟੂ ਕੀਪ ਟਾਕਿੰਗ ਬ੍ਰੇਕ ਤੋਂ ਪਹਿਲੇ ਪਾਪਾ ਗੱਲ ਛੱਡੀ ਸੀ ਕਿ ਕਿਸ ਤਰ੍ਹਾਂ ਚਾਈਨਾ ਨੇ ਇੱਕ ਪਾਸੇ ਆਪਣੀ ਕੈਪਟਲਿਸਟ ਅਥਾਰਟੀਰੀਅਨ ਗਵਰਨਮੈਂਟ ਬਣਾਈ ਹੈ ਉਹਨਾਂ ਦੇ ਵੀ ਬਿਲੀਅਨ ਤੋਂ ਵੱਧ ਲੋਕ ਕੀ ਹੈਗੇ ਉਹਨਾਂ ਨੂੰ ਉਹ ਫੀਡ ਕਰ ਰਹੇ ਹੈ ਰਾਈਟ ਐਂਡ ਅੱਜ ਦੀ ਡੇਟ ਦੇ ਵਿੱਚ ਚਾਈਨਾ ਪੂਰੀ ਦੁਨੀਆ ਨੂੰ ਇੱਕ ਥ੍ਰੈਟ ਦੀ ਤਰ੍ਹਾਂ ਦਿਖ ਰਿਹਾ ਹੈ ਮੀਨ ਜਸਟ ਅ ਟੂਡੇ ਵੀ ਆਰ ਹੇਅਰ ਇਨ ਕਿ ਕਲ ਆਪਣੀ ਇੱਕ ਕੁਆਡ ਦੀ ਮੀਟਿੰਗ ਹੋ ਰਹੀ ਹੈ ਰਾਈਟ ਸੋ ਯੂਐਸਏ ਐਗਰੈਸਿਵਲੀ ਉਸ ਰੀਜਨ ਦੇ ਵਿੱਚ ਇੰਡੀਆ ਜਪਾਨ ਆਸਟ੍ਰੇਲੀਆ ਦੇ ਨਾਲ ਪਾਰਟਨਰ ਬਣ ਕੇ ਸਿਰਫ ਤਾਂ ਸਿਰਫ ਚਾਈਨਾ ਨੂੰ काउंटर एक्ट ਕਰਨ ਲਈ ਆਪਣੀ ਪ੍ਰੈਜੈਂਸ ਜਮਾ ਰਿਹਾ ਹੈ রাইਟ ਸੋ ਚਾਈਨਾ ਦਾ ਮਾਡਲ ਜੋ ਰਿਹਾ ਹੈ ਆ ਨਾਰਕ ਫਰੀ ਯੂ نو ਆਪਨ ਡੈਮੋਕ੍ਰੇਸੀ ਆ ਬਟ ਸਕਸੈਸਫੁਲ ਵਰਸਸ ਇੰਡੀਆ ਇੰਡੀਆ ਦੇ ਅੱਜ ਚੈਲੰਜਸ ਸਾਨੂੰ ਵੇਖਣ ਨੂੰ ਮਿਲ ਰਹੇ ਹੈ ਰਾਈਟ ਆ ਵਾਂਸ ਅਗੇਨ ਦ ਕੁਐਸਚਨ ਇਜ਼ ਕਿ ਇੰਡੀਆ ਦੇ ਸਾਈਜ਼ ਦਾ ਕੰਟਰੀ ਡੈਮੋਕ੍ਰੇਸੀ ਹੋ ਵੀ ਸਕਦਾ ਹੈ ਜਾਂ ਕੈਪੀਟਲਿਜ਼ਮ ਐਂਡ ਇੰਡਸਟਰੀਅਲਾਈਜ਼ੇਸ਼ਨ ਐਂਡ ਮਾਡਰਨਾਈਜ਼ੇਸ਼ਨ ਦੇ ਨਾ ਦੇ ਅੰਡਰ ਪਾਪੂਲੇਸ਼ਨ ਨੇ ਸਫਰ ਕਰਨਾ ਹੀ ਕਰਨਾ ਹੈ ਨਹੀਂ ਮੈਂ ਇਹ ਨਹੀਂ ਕਹਾਂਗਾ ਬਿ ਪਾਪੂਲੇਸ਼ਨ ਨੇ ਸਫਰ ਕਰਨਾ ਹੀ ਕਰਨਾ ਹੈ ਲੇਕਿਨ ਜਿਹੜੇ ਇੱਕ ਸਿਵਲਾਈਜੇਸ਼ਨ ਤੇ ਸੋਸਾਇਟੀ ਦੇ ਡਿਪੈਂਡ ਕਰਦਾ ਕਿ ਉਹ ਕਿੰਨੇ ਐਡਵਾਂਸ ਨੇ ਕਿੰਨੇ ਸਮਝਦਾਰ ਨੇ ਕਿੰਨੇ ਵੈਲ ਮੀਨਿੰਗ ਨੇ ਉਹਨਾਂ ਚ ਕ腐ਪਸ਼ਨ ਦਾ ਲੈਵਲ ਕਿੱਥੇ ਹੈ ਲੋਅ ਆ ਕਿ ਹਾਈ ਹੈ ਉਹ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਕਿੰਨਾ ਝੁਰ ਲਗੇਗਾ ਉਥੇ ਪਹੁੰਚਣ ਚ ਹਮ ਇੰਡੀਆ ਦੀ ਪ੍ਰੋਬਲਮ ਇਹ ਆ ਆਪਾਂ ਸਭ ਜਾਣਦੇ ਆ ਕਿ ਕ腐ਪਸ਼ਨ ਬਹੁਤ ਰੈਂਪੈਂਟ ਆ ਜਿਹੜੇ ਤੂੰ ਅਗਰ ਦੀ ਲਾਅ ਹੀ ਵੇਖ ਲੋ ਇੰਡੀਆ ਦੇ ਉਹ ਅਗਰ ਕਿਸੇ ਤੁਸੀਂ ਵਕੀਲ ਦੇ ਦਫਤਰ ਜਾਓ ਤੇ ਉਹਨਾਂ ਕੋਲ ਉਹ ਨਹੀਂ ਉਹ ਹੀ ਬੁੱਕ ਸ਼ੈल्फ ਭਰੇ ਨੇ ਕਿਤਾਬਾਂ ਦੇ ਜਿਨੇ ਕਿ ਅਮਰੀਕਨ ਵਕੀਰ ਕੋ ਭਰੇ ਹੁੰਦੇ ਆ ਲਾਅਸ ਹੈਗੇ ਨੇ ਸਾਰੇ ਇੰਡੀਆ ਚ ਪਰ ਉਹਨੂੰ ਫਾਲੋ ਕਰਨਾ ਉਹਨੂੰ ਪ੍ਰੋਪਰਲੀ ਇਨਫੋਰਸ ਕਰਨਾ ਇਹ ਮਿਸਿੰਗ ਹੈ ਹਮ ਸੋ ਇਟ 올 ਕਮਸ ਡਾਊਨ ਟੂ ਐਗਜ਼ੀਕਿਊਸ਼ਨ ਕਿ ਤੁਸੀਂ ਕਰਦੇ ਕਿਵੇਂ ਜਿਹੜੀ ਲੋਡ ਆ ਕਿਸੇ ਵੀ ਸੁਸਾਇਟੀ ਨੂੰ ਜਾਂ ਇਕਨੋਮੀ ਨੂੰ ਅਗੇਰੀਅਨ ਯਾਨੀ ਕਿ ਫਾਰਮਿੰਗ ਤੋਂ ਇੰਡਸਟਰੀਅਲ ਸਾਈਡ ਤੇ ਜਾਣ ਦੀ ਲੋੜ ਹੈ ਜਿਹੜੀ ਉਹ ਤੇ ਇੱਕ ਪ੍ਰੂਵਨ ਚੀਜ਼ ਹੈ ਸਾਰੀ ਦੁਨੀਆ ਦੇ ਵਿੱਚ ਹਰ ਕਿਸੇ ਦਾ ਜਿਹੜਾ ਆਪਣਾ ਸਟੈਂਡਰਡ ਆਫ ਲਿਵਿੰਗ ਹੈ ਉਹ ਇੰਪਰੂਵ ਹੁੰਦਾ ਹੈ ਜਦੋਂ ਤੁਸੀਂ ਹੀ ਇੰਡਸਟਰੀਲਾਈਜ਼ ਹੁੰਦੇ ਆ ਫਾਰਮਿੰਗ ਨੂੰ ਘਟਾ ਕੇ ਇਹ ਚ ਕੋਈ ਛੋਟੀ ਗੱਲ ਨਹੀਂ ਪਰ ਅਗਰ ਤੁਸੀਂ ਅਮਰੀਕਾ ਨੂੰ ਕੰਪੇਅਰ ਕਰੋ ਅਮਰੀਕਾ ਚ ਕੋਈ 110 ਸਾਲ 120 ਸਾਲ ਦੀ ਇਹ ਲਹਿਰ ਚੱਲੀ ਹੋਈ ਹੈ ਇਹ ਜਿਹੜੀ ਕਿ ਇੰਡੀਆ ਚ ਪਿਛਲੇ 30 40 50 ਸਾਲਾਂ ਨੂੰ ਚੱਲੀ ਹੋਵੇਗੀ ਇੰਡਸਟਰੀਲਾਈਜ਼ ਹੋਣ ਦੀ ਸੋ ਇਥੇ ਵੀ ਉਹੋ ਹੀ ਬਹੁਤ ਮਾੜੇ ਟਾਈਮ ਆ ਚੁਕੇ ਨੇ 1980s ਦੇ ਵਿੱਚ ਇੰਨਾ ਵੱਡਾ ਇਥੇ ਫਾਰਮਿੰਗ ਦਾ ਕ੍ਰਾਈਸਿਸ ਆਇਆ ਸੀ ਮੈਂ ਗੱਲ ਹੀ ਸੋਚਣ ਦੇ ਬਾਰੇ ਜੋ ਤੁਸੀਂ ਕਿਹਾ ਆਪਾਂ ਗੱਲ ਕਰਨੀ ਆ ਉਸ ਵੇਲੇ ਤੁਸੀਂ ਮੰਨਿਓ ਕਿ ਇਦਾਂ ਹੀ ਟਰੈਕਟਰਾਂ ਦੀ ਰੈਲੀ ਵਾਸ਼ਿੰਗਟਨ ਡੀਸੀ ਗਈ ਸੀ ਜੀ ਮਿਡ ਵੈਸਟ ਤੋਂ ਜੀ ਹਾਂ ਜੀ ਤੇ ਅਗਰ ਉਹ ਪੁਰਾਣੀਆਂ ਤੁਹਾਨੂੰ ਕੋਈ ਫੋਟੋ ਲੱਭਣ ਤੇ ਕੋਈ ਨਾ ਵੇਖਿਓ ਯੂਲ ਬੀ ਅਮੇਜ਼ਿੰਗ ਪਈ ਤੋ 40 ਸਾਲ ਪਹਿਲਾਂ ਇਹੋ ਕੰਮ ਹੋ ਰਿਹਾ ਸੀ ਇੱਥੇ ਮੈਂ ਹਿਸਟਰੀ ਰਿਪੀਟਸ ਇਟਸੈਲਫ ਹੁਣ ਮੇਰਾ ਕਹਿਣਾ ਮਤਲਬ ਹੈ ਲੇਕਿਨ ਤੁਸੀਂ ਤੁਹਾਨੂੰ ਦੇਖਣਾ ਪਵੇਗਾ ਕਿ ਅਮਰੀਕਾ ਨੇ ਉਹ ਕਿਸ ਤਰ੍ਹਾਂ ਨਾਲ ਪ੍ਰੋਗਰੈਸ ਕੀਤਾ ਅੱਜ ਰਿਐਲਿਟੀ ਇਹ ਹੈ ਕਿ ਜਿਹੜਾ ਫਾਰਮਿੰਗ ਹਾਊਸਹੋਲਡ ਨੇ ਫਾਰਮਿੰਗ ਹਾਊਸਹੋਲਡ ਦੀ ਇਨਕਮ ਐਵਰੇਜ ਹਾਊਸਹੋਲਡ ਇਨਕਮ ਨਾਲੋਂ ਹਾਇਰ ਹੈ ਅਮਰੀਕਾ 'ਚ ਹਮ ਹਮ ਸਿਗਨੀਫੀਕੈਂਟਲੀ ਹਾਇਰ ਹਮ ਪਰ 50s ਤੋਂ ਪਹਿਲਾਂ ਫਾਰਮਿੰਗ ਦੇ ਜਿਹੜੇ ਹਾਊਸਹੋਲਡ ਸੀ ਉਹਨਾਂ ਕੋਲ ਹਮੇਸ਼ਾ ਘੱਟ ਇਨਕਮ ਹੁੰਦੀ ਸੀ ਸ਼ਹਿਰੀਆਂ ਨਾਲੋਂ ਹਮ ਹਮ ਤੇ 60s 70s 80s ਦੇ ਵਿੱਚ ਇਹ ਵਧੀ 70s ਚ ਮੁੜਕੇ ਉਹ ਕ੍ਰਾਈਸਿਸ ਆ ਇਟ ਇਜ਼ ਆ 90s ਤੱਕ ਇੱਕ ਕਾਫੀ ਹਲਚਲ ਰਹੀ ਪਰ 90s ਮਿਡ 90s ਤੋਂ ਬਾਅਦ ਹਾਊਸਹੋਲਡ ਇਨਕਮ ਜਿਹੜੀ ਫਾਰਮਰਸ ਦੀ ਹੈ ਉਹ ਵੱਧ ਹੀ ਵੱਧ ਰਹੀ ਹੈ ਵਧਦੀ ਜਾਂਦੀ ਹੈ ਹਮਮ ਕਹਿਣਾ ਮਤਲਬ ਕਿ ਇਹਨਾਂ ਨੇ ਦੇ ਵਰਕਡ ਥਰੂ ਦਾ ਕ੍ਰਾਈਸਿਸ ਤੇ ਉਹਨਾਂ ਨੇ ਕਈ ਚੀਜ਼ਾਂ اختیار ਕੀਤੀਆਂ ਹਮਮ ਫਰਕ ਵੱਡਾ ਇਹ ਹੈ ਉਹ ਚਾਪਾ ਡੀਟੇਲ ਨਹੀਂ ਜਾ ਸਕਦੇ ਲੇਕਿਨ ਫਰਕ ਵੱਡਾ ਹੈ ਕਿ ਅਮਰੀਕਾ ਦੇ ਵਿੱਚ ਇੱਕ ਪੋਲਿਟਿਕਲ ਸਿਸਟਮ ਹੈ ਜਿਹੜਾ ਕਿ ਆਪਰੇਟ ਕਰਦਾ ਮਚ ਬੈਟਰ ਇਨ ਟਰਮਸ ਆ ਰਿਪਰੈਜ਼েন্টিੰਗ ਸ਼ਿੜੀ ਦੇ ਲੋਕ ਵੀ ਜੀ ਗਰੀਬ ਲੋਕੀ ਟਿਪ ਤੇ ਪੈਂਡੂ ਲੋਕ ਵੀ ਤੇ ਫਾਰਮਰਸ ਵੀ ਸਾਰਿਆਂ ਲਈ ਜੀ ਸੋ ਇਹ ਇਹ ਕਰ ਸਕੇ ਨੇ ਹੁਣ ਸੋ ਫਰਕ ਇਹ ਹੈ ਕਿ ਇੰਡੀਆ 'ਚ ਕੀ ਪ੍ਰੋਬਲਮ ਆਈ ਹੈ ਮੇਰੇ ਖਿਆਲ 'ਚ ਜੋ ਮੈਂ ਮੈਂ ਇੰਡੀਆ ਦਾ ਹੁਣ ਐਕਸਪਰਟ ਨਹੀਂ ਕਿਉਂਕਿ ਮੈਂ ਇੰਡੀਆ ਦੀ ਪੋਲਿਟਿਕਸ ਨੂੰ ਡੂੰਘਾਈ 'ਚ ਨਹੀਂ ਜਾਣਦਾ ਹਮਮ ਲੇਕਿਨ ਜੋ ਮੈਨੂੰ ਦੂਰੋਂ ਬੈਠਿਆਂ ਦਿਸਦਾ ਹੈ ਉਹ ਇਹ ਹੈ ਕਿ ਇਹਨਾਂ ਨੇ ਇੱਕ ਦੋ ਕੰਮ ਕੀਤੇ ਨੇ ਇੱਕ ਤੇ ਇੰਡੀਆ ਬਹੁਤ ਹੀ 올ਿਗਾਰਕੀ ਬਣ ਚੁੱਕੀ ਆਲਰੈਡੀ ਤੁਸੀਂ ਉਹ ਅੋਲੀਗਾਰਕੀ ਦਾ ਕਹਿਣਾ ਮੰਨ ਲਓ ਵੀ ਕਿ ਕੁਝ ਲੋਕ ਕੁਝ ਗਰੁੱਪ ਹੀ ਸਿਰਫ ਸਾਰੀ ਕੰਟਰੀ ਨੂੰ ਕੰਟਰੋਲ ਕਰ ਰਹੇ ਤੇ ਇੰਡੀਆ ਦੇ ਵਿੱਚ ਜਿਹੜੇ ਗਵਰਨਮੈਂਟ ਸੈਕਟਰ ਹੈ ਜਿਹੜੇ ਉਹਨੂੰ ਰਨ ਕਰਦੇ ਆ ਤੇ ਜਿਹੜੀਆਂ ਮੇਜਰ ਕਾਰਪੋਰੇਸ਼ਨ ਨੇ ਉਹ ਦੋ ਰਲ ਕੇ ਸਾਰੀ ਕੰਟਰੀ ਰਨ ਕਰ ਰਹੀਆਂ ਨੇ ਤੇ ਆਮ ਬੰਦੇ ਨੂੰ ਉਹ ਰੈਪਰੈਜ਼ੈਂਟੇਸ਼ਨ ਨਹੀਂ ਹੈਗੀ ਜਿਹੜੀ ਅਮਰੀਕਾ 'ਚ ਹੈਗੀ ਆ ਹਮਮ ਤੇ ਇਹ ਇੱਕ ਇਹ ਤੇ ਇੱਕ ਬੜੀ ਫੰਡਮੈਂਟਲ ਪ੍ਰੋਬਲਮ ਹੈ ਜੇ ਇਹ ਤੋ ਇਹਨੂੰ ਠੀਕ ਨਹੀਂ ਕਰ ਸਕਦੇ ਜੇ ਅੋਲੀਗਾਰਕੀ ਹੀ ਰਹਿਣੀ ਹੈ ਤੇ ਇਹਕਰ ਮੋਦੀ ਸਾਹਿਬ ਨੂੰ ਅ ਦੂਜੇ ਰੋਲਾਈਐਂਸ ਵਾਲੇ ਆ ਕੇ ਡਾਇਰੈਕਟਲੀ ਮਿਲ ਕੇ ਕਹਿ ਰਹੇ ਕਿ ਆ ਲਾਅ ਬਣਾ ਦਿਓ ਤੇ ਫਿਰ ਤੇ ਕੋਈ ਵੀ ਕੰਮ ਠੀਕ ਨਹੀਂ ਹੋਣਾ ਜੇ ਤੁਸੀਂ ਪਾਰਲੀਮੈਂਟਰੀ ਸਿਸਟਮ ਚ ਪਹਿਲਾਂ ਹੀ ਇਹ ਗੱਲ ਹੁੰਦੀ ਹੈ ਉੱਥੇ ਪਾਵਰ ਹਮੇਸ਼ਾ ਐਬਸੋਲਿਊਟ ਮਿਲਦੀ ਹੈ ਪਾਰਲੀਮੈਂਟਰੀ ਸਿਸਟਮ ਜਿਵੇਂ ਬੀਜੇਪੀ ਕੋ ਟੋਟਲ ਕੰਟਰੋਲ ਆਏਗਾ ਦੇ ਕੈਨ ਡੂ ਐਨੀਥਿੰਗ ਦੇ ਵਾਂਟ ਜੀ ਅਮਰੀਕਾ ਦੀ ਗੱਲ ਬਹੁਤ ਘੱਟ ਹੁੰਦੀ ਹੈ ਮੋਸਟਲੀ ਦੋ ਪਾਰਟੀਆਂ ਕੋ ਕਾਫੀ ਪਾਵਰ ਰਹਿੰਦੀ ਹੈ ਤੇ ਉਹੜਾ ਬੈਲੈਂਸ ਉਹ ਪਾਵਰ ਹੈ ਕਿ ਅਮਰੀਕਨ ਸਿਸਟਮ ਦਾ ਜੀਨੀਅਸ ਹੈ ਜਿਹਨੇ ਪਾਵਰ ਨੂੰ ਡਿਵਾਈਡ ਕੀਤੀ ਹੋਈ ਹੈ ਕਿ ਕੋਈ ਵੀ ਪਾਰਟੀ ਅਗਰ ਟੋਟਲ ਪਾਵਰ ਲੈਂਦੀ ਵੀ ਤੇ 200 ਤੋਂ ਜ਼ਿਆਦਾ ਨਹੀਂ ਨਿਕਲਦੇ ਜੀ ਸੋ ਉਹ ਸਿਸਟਮ ਤੇ ਹੁਣ ਬਦਲ ਨਹੀਂ ਲੱਗੇ ਪਰ ਦੂਸਰੀ ਗੱਲ ਇਹ ਨਾਲ ਬੀਜੇਪੀ ਨੇ ਇੱਕ ਇੱਕ ਮੈਥਡ ਫੜਿਆ ਹੋਇਆ ਕਿ 680 ਤਾਂ ਹੀ ਮਾਰਨਾ ਆ ਇੱਕਦਮ ਗੱਲ ਕੱਢ ਕੇ ਇਹਦੇ ਪਿੱਛੜਦੀ ਤੋਂ ਉਹਨਾਂ ਨੂੰ ਕੋਈ ਕੰਸਰਨ ਨਹੀਂ ਸੀ ਫਾਰਮਰズ ਦੀ ਵੀ ਇਹਨਾਂ ਦਾ ਕੀ ਬਣੇਗਾ ਜੀ ਜੀ ਯੂ نو देयर इज ਟੂ ਪੁਆਇੰਟਸ ਆ ਹਵ ਟੂ ਮੇਕ ਹੇਅਰ ਅਮ ਯੂ نو ਜਸ ਤਨਾ ਆਈ ਮੀਨ ਇਹ ਤਾਂ ਆਈ ਗੈਸ ਇਟ ਆਬਵੀਅਸ ਕੰਪੈਰੀਜ਼ਨ ਹੈਗਾ ਕਿ ਅਮ ਆਫ ਕੌਰਸ ਯੂ ਐਸ ਹੈਜ਼ ਦਾ ਬੈਨੀਫਿਟ ਕਿ ਇੱਥੇ ਤਾਂ ਆਜ਼ਾਦੀ ਇਸ ਕੰਟਰੀ ਨੂੰ ਇੱਥੇ ਦਾ ਪੋਲਿਟੀਕਲ ਸਿਸਟਮ ਕਨਸਟੀਟਿਊਸ਼ਨਲ ਫਰੇਮਵਰਕ 70 ਯੂ نو 1700ਸ ਤੋਂ ਚੱਲਦਾ ਆ ਰਿਹਾ ਰਾਈਟ ਤੇ ਇੰਡੀਆ ਨੂੰ ਤਾਂ 70 ਸਾਲ ਹੋ ਨੂੰ ਆ ਰਹੇ ਰਾਈਟ ਸੋ ਆਫ ਕੌਰਸ ਟਾਈਮ ਮੇਕਸ ਅ ਡਿਫਰੈਂਸ ਉਹਦੇ ਨਾਲ ਵੀ ਚੀਜ਼ਾਂ ਸਮੂਥ ਆਊਟ ਹੋ ਜਾਂਦੀਆਂ ਸੋ ਇੱਕ ਕਿਸਮ ਇੰਡੀਆ ਇੱਕ ਗਰੋਇੰਗ ਪੇਨਸ ਥਰੂ ਜਾ ਰਿਹਾ ਰਾਈਟ ਬਟ ਐਟ ਦ ਸੇਮ ਟਾਈਮ ਉਹ ਐਗਜ਼ਿਸਟ ਇਸ ਹੀ ਮਾਡਰਨ ਇਕਨੋਮੀ ਤੇ ਗਲੋਬਲ ਸੋਸਾਇਟੀ ਵਿੱਚ ਕਰ ਰਹੇ ਹਨ ਜਿਹਦੇ ਵਿੱਚ ਅਮਰੀਕਾ ਵੀ ਹੈ ਤੇ ਚਾਈਨਾ ਵੀ ਹੈ ਤੇ ਯੂਰਪ ਵੀ ਹੈ ਐਂਡ ਦੇ ਹੈਵ ਟੂ ਕੰਪੀਟ ਰਾਈਟ ਬਟ ਦ ਪ੍ਰੋਬਲਮ ਇਥੇ ਇਹ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਯੂ ਐਸ ਏ ਦੇ ਵਿੱਚ ਥਿਸ ਵਾਸ ਐਨ ਅਗਰੀਅਨ ਇਥੇ ਵੀ ਕਿਸਾਨੀ ਤੇ ਖੇਤੀਬਾੜੀ ਮੇਜਰ ਇੰਡਸਟਰੀ ਸੀਗੀ ਇੱਕ ਟਾਈਮ ਤੇ ਤੇ ਜਦੋਂ ਉਹ ਸ਼ਿਫਟ ਹੋਇਆ ਜੋ ਉਸ ਟਾਈਮ ਦੇ ਫਾਰਮਰ ਸੀਗੇ ਉਹਨਾਂ ਨੂੰ ਬਹੁਤ ਤਕਲੀਫ ਬਹੁਤ ਮੁਸ਼ਕਲਾਂ ਆਈਆਂ Um, and just on the protests, ki oh, obi oh, there is part of the history here. But the difference is that at time, ikta population, the population, Tusi was a small percentage of the hundreds of millions of people India which is 70 percent, affected hage, no body decision de right? So, is no Pakistan पाकिस्तान reconcile I I mean, uh, you know, halta, of course, ज़रूर Unfortunately, I have to stop for another break. ਰਵੀ ਜੀ ਤੁਸੀਂ ਕਿਥੇ ਨਾ ਜਾਓ ਈਵਰਸ ਤੁਸੀਂ ਜੁੜੇ ਰਹੋ ਐਸੀ ਤਰ੍ਹਾਂ ਗੱਲ ਕਰਦੇ ਰਵਾਂਗੇ ਹਲਦੀ ਵੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਾ ਦਾ ਸਵਾਗਤ ਗੱਲ ਹੋ ਰਹੀ ਹੈ ਰਵੀ ਸਿੰਘ ਸ਼ੇਰਗਿੱਲ ਜੀ ਦੇ ਨਾਲ ਥੋੜੀ ਜੀ ਪੋਲਿਟੀਕਲ ਹਿਸਟਰੀ ਥੋੜੀ ਜੀ ਮਾਡਰਨ ਪੋਲਿਟਿਕਸ ਤੇ ਇਕਨੋਮੀ ਤੇ ਆਫਕੋਰਸ ਇੱਕ ਪਾਸੇ ਯੂ ਐਸ ਇੱਕ ਪਾਸੇ ਇੰਡੀਆ ਕੀ ਕੰਪੈਰੀਜ਼ਨਸ ਅਪਾ ਡਰਾ ਕਰ ਸਕਦੇ ਆ ਖਾਸ ਕਰਕੇ ਇਸ ਕਸਾਨੀ ਮੋਰਚੇ ਨੂੰ ਲੈ ਕੇ ਰਵੀ ਜੀ ਵੈਲਕਮ ਬੈਕ ਰਵੀ ਜੀ ਸਾਡੀ ਕਨਵਰਸੇਸ਼ਨ ਬਹੁਤ ਹੀ ਇਟਸ ਵੈਰੀ ਇੰਟ੍ਰੀਗਿੰਗ ਜੋ ਪੁਆਇੰਟਸ ਤੁਸੀਂ ਬਣਾ ਰਹੇ ਹੋ ਸਾਡੇ ਲਈ ਇਟਸ ਇੱਕ ਕਿਸਮ ਦਾ ਯੂ ਨੋ ਨਵਾਂ ਤਰੀਕਾ ਹੈ ਸਾਰੀ ਸਿਚੁਏਸ਼ਨ ਨੂੰ ਵੇਖਣ ਦਾ ਅਗਰ ਆਪਾਂ ਹਿਸਟਰੀ ਨੂੰ ਵੇਖਦੇ ਆ ਕੀ ਸਿੱਖ ਸਕਦੇ ਆ ਖਾਸ ਕਰਕੇ ਯੂ ਐਸ ਦੀ ਹਿਸਟਰੀ ਦੇ ਵਿੱਚ ਕੀ ਕੁਝ ਆਨਸਰਸ ਸਾਨੂੰ ਮਿਲ ਸਕਦੇ ਆ ਮਾਡਰਨ ਡੇ ਇੰਡੀਆ ਦੀ ਪ੍ਰੋਬਲਮਸ ਨੂੰ ਲੈ ਕੇ ਬਟ ਰਵੀ ਜੀ ਆਈ ਹੈਵ ਟੂ ਆਸਕ ਯੂ نو ਅੱਜ ਦੇ ਪ੍ਰੋਗਰਾਮ ਦੀ ਮੈਂ ਕਲੋਜ਼ਿੰਗ ਇਸ ਇੱਕ ਸਵਾਲ ਦੇ ਨਾਲ ਕਰਨਾ ਚਾਹੁੰਦੀ ਆ ਦ ਲਾਜ਼ ਆਫ ਇਕਨੋਮਿਕਸ ਰਾਈਟ ਆਮ ਪਾਵੇਂ ਇੰਡੀਆ ਇੱਕ ਯੰਗ ਡੈਮੋਕ੍ਰੇਸੀ ਹੈ ਇੱਕ ਯੰਗ ਫ੍ਰੀ ਕੰਟਰੀ ਹੈਗਾ ਅਮਰੀਕਾ ਦੇ ਨਾਲ ਕੰਪੈਰੀਜ਼ਨ ਕਰਨਾ ਈਜ਼ੀ ਵੀ ਹੋ ਜਾਂਦਾ ਹੈ ਡਿਫਿਕਲਟ ਵੀ ਹੈ ਬਿਕਾਜ਼ ਅਮਰੀਕਾ ਇਜ਼ ਦੀ 올ਡੈਸਟ ਡੈਮੋਕ੍ਰੇਸੀ ਆਮ the laws of economics aaj di dee date vich dono countries nu ik kisam de equally apply karne paira hai right yes. so yes. os situation de vich ki chara hega india kol to compete with a country like the united states ya europe ya china yeah. yes. uh, and still maintain its democracy enjoy de billion to vad citizens han ਉਨਾ ਦਾ ਵੀ ਯੂ نو ਬੈਸਟ ਇੰਟਰਸਟ ਰੱਖ ਕੇ ਖਾਸ ਕਰਕੇ ਕਿਸਾਨਾਂ ਦਾ ਜੋ 70 ਤੋਂ ਵੱਧ ਪਰਸੈਂਟ ਇਸ ਵੇਲੇ ਜੁੜੇ ਹੋਏ ਆ ਕੰਟਰੀ ਦੀ ਪੋਪੂਲੇਸ਼ਨ ਦੇ ਵਿੱਚ ਕੀ ਕੋਈ ਇਦਾਂ ਦਾ ਸਿਨੈਰੀਓ ਹੈਗਾ ਕਿ ਇੰਡੀਆ ਇਕਨੋਮਿਕਲੀ ਕੰਪੀਟੀਟਿਵ ਹੋ ਸਕਦਾ ਹੈ ਦੁਨੀਆ ਦੇ ਵਿੱਚ ਵਾਈਲ ਕੀਪਿੰਗ ਡੈਮੋਕ੍ਰੇਸੀ ਐਂਡ ਸਿਟੀਜ਼ਨਸ ਇਨ ਦਿ ਫੋਰਫਰੰਟ ਯੈਸ ਡੈਫਨਿਟਲੀ ਡੈਫਨਿਟਲੀ ਹੋ ਸਕਦਾ ਹੈ ਇਹ ਆਪਾਂ ਇਸੇ ਅਗਰ ਚੀਜ਼ ਤੇ ਰਹੀਏ ਤੁਹਾਡੀ ਗੱਲ 100% ਸਹੀ ਹੈ ਕਿ ਇਕਨੋਮਿਕ ਲਾਅ ਤੇ ਹਰ ਥਾਂ ਇਕੁਅਲੀ ਅਪਲਾਈ ਕਰਨੇ ਆ ਹਾਂਜੀ ਇਹ ਟਰਾਈ ਕਰ ਚੁੱਕੀ ਹੈ ਦੁਨੀਆ ਕੇ ਵੀ ਇੱਕ ਅੱਧਾ ਅੱਧੀ ਦੁਨੀਆ ਕਾਮਰਸ ਸਿਸਟਮ ਥੱਲੇ ਸੀ ਉਹਨਾਂ ਡਿਫਰੈਂਟ ਸਿਸਟਮ ਟਰਾਈ ਕਰ ਲਿਆ ਦੂਜੇ ਨੂੰ ਦੂਜਾ ਹੁਣ ਤੇ ਉਹ ਗੱਲ ਨਹੀਂ ਰਹਿ ਗਈ ਸੋ ਯੈਸ ਦੈਟ ਇਜ਼ ਟਰੂ ਤੇ ਉਹ ਇਹ ਹੈ ਕਿ ਯੈਸ ਉਹਨਾਂ ਨੂੰ ਆਪਣੀ ਫਾਰਮਿੰਗ ਪੋਪੂਲੇਸ਼ਨ ਨੂੰ ਟ੍ਰਾਂਜ਼ੀਸ਼ਨ ਕਰਨਾ ਪੈਣਾ ਇੰਡਸਟਰੀਅਲ ਸਾਈਡ ਤੇ ਲੇਕਨ ਉਹਦੇ ਲਈ ਕੀ ਨੈਸੈਸਰੀ ਹੈ ਕਿ ਤੁਸੀਂ ਤੁਹਾਨੂੰ ਇੰਡਸਟਰੀਅਲ ਜੌਬਾਂ ਪੈਦਾ ਕਰਨੀਆਂ ਪੈਣੀਆਂ ਨੇ ਇੰਡਸਟਰੀਅਲ ਜਮਾ ਪੈਦਾ ਕਰਨ ਤੋਂ ਪਹਿਲਾਂ ਤੁਹਾਨੂੰ ਐਜੂਕੇਸ਼ਨ ਸਿਸਟਮ ਇੰਪਰੂਵ ਕਰਨਾ ਪੈਣਾ ਤਾਂ ਕਿ ਲੋਕੀ ਐਜੂਕੇਟਿਡ ਹੋਣ ਤੁਸੀਂ ਇੱਕ ਦਰਾਂ ਹੁਣ ਚਾਈਨਾ ਦੇ ਵਿੱਚ ਲੋਕੀ ਰੋ ਰਹੇ ਨੇ ਜਿਨ੍ਹਾਂ ਨੂੰ ਚੀਨ ਦੀ ਗਵਰਨਮੈਂਟ ਧੱਕੇ ਨਾਲ ਉਹਨਾਂ ਨੂੰ ਉਹਨਾਂ ਦੇ ਬੁਲਡੋਜ਼ਰ ਲਿਆ ਕੇ ਉਹਨਾਂ ਨੇ ਪਿੰਡ ਦੇ ਪਿੰਡ ਖਤਮ ਕਰਕੇ ਉੱਥੇ ਵੱਡੀਆਂ ਬਿਲਡਿੰਗਾਂ ਬਣਾਤੀਆਂ ਤੇ ਲੋਕਾਂ ਨੂੰ ਕਹਿੰਦੇ ਵੀ ਸ਼ਹਿਰ ਜਾ ਕੇ ਕੰਮ ਕਰੋ ਕਿਉਂਕਿ ਜਦਾ ਵਕ ਇਹ ਸਾਡੇ ਚ ਕੋਈ ਬੰਦਾ ਚੇਂਜ ਜਾ ਕੇ ਨਹੀਂ ਰਹਿਣਾ ਚਾਹੁੰਦਾ ਮੇਰੇ ਖਿਆਲ ਇੰਡੀਆ ਦੇ ਲੋਕ ਵੀ ਕੋਈ ਚੇਂਜ ਜਾ ਕੇ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਫਰੀडम ਫਿਰ ਵੀ ਫਰੀडम ਹੈ ਹਮਮ ਲੈਕਿਨ ਕੈਨੇਡਾ ਮਤਲਬ ਹੈ ਵੀ ਉੱਥੇ ਅਗਰ ਉਹਨਾਂ ਨੂੰ ਐਜੂਕੇਸ਼ਨ ਨਹੀਂ ਗਰੀਬ ਬੰਦੇ ਨੂੰ ਹੈਗੀ ਤਾਂ ਉਹਨੂੰ ਤੁਸੀਂ ਭੇਜਦਾ ਸ਼ਹਿਰ ਤੇ ਉੱਥੇ ਵੀ ਉਹਨੇ ਵਿਚਾਰੀ ਜ਼ਿੰਦਗੀ ਚੰਗੀ ਨਹੀਂ ਨਾ ਹੋਣੀ ਸੋ ਸੋ ਐਜੂਕੇਸ਼ਨ ਇਜ਼ ਨੰਬਰ 1 ਇੰਡਸਟਰੀਜ਼ੇਸ਼ਨ ਇਜ਼ ਨੰਬਰ 2 ਐਂਡ ਵਿਦ ਥੈਟ ਇਸ ਅ ਪੋਲ ਕਿ ਜਦੋਂ ਨਾ ਜਾਬਾਂ ਖੁੱਲਦੀਆਂ ਨੇ ਸ਼ਹਿਰ ਦੇ ਵਿੱਚ ਤੇ ਆਪੇ ਹੀ ਜਿਹੜੇ ਫਾਰਮਰ ਲੋਕ ਨੇ ਉਹ ਛੱਡ ਕੇ ਤੇ ਸ਼ਹਿਰ ਆਉਂਦੇ ਨੇ ਜਿਹੜਾ ਅਮਰੀਕਾ 'ਚ ਹੋਇਆ ਇਸ ਨਾਲ ਪੁਸ਼ ਚੀਨ ਨੇ ਪੁਸ਼ ਕੀਤਾ ਆ ਤੁਹਾਡੇ ਪਿੰਡ ਬੰਦ ਹੋ ਜਾਣੇ ਆ ਤੀ ਚਲੋ ਸ਼ਹਿਰ ਨੂੰ ਹਾਂਜੀ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਪੂਛੀ ਸਮਝ ਲਓ ਕਿ ਇਨਡਾਇਰੈਕਟਲੀ ਅਗਰ ਤੁਸੀਂ ਉਹਨਾਂ ਦੇ ਜਿਹੜੇ ਮਸਾਂ ਹੀ ਸਰਵਾਈਵ ਕਰ ਰਹੇ ਨੇ ਤਿੰਨ ਚਾਰ ਏਕੜ ਵਾਲੇ ਅਗਰ ਤੁਸੀਂ ਉਹਨਾਂ ਦੀ ਉਹ ਵੀ ਉਹਨਾਂ ਦੀ ਇਨਕਮ ਘਟਾ ਦਿਓ 20% ਰਫਲੀ ਦੈਟਸ ਵਹਰ ਕਮਸ ਟੂ 15 20% ਇਹ ਅਗਰ ਐਮਐਸਪੀ ਚੱਲੀ ਜਾਂਦੀ ਹੈ ਈਵਨ ਥੋ ਆਈ ਐਮ ਨਾਟ ਇਨ ਸਪੋਰਟ ਆਫ ਗੈਰੰਟੀਡ ਪ੍ਰਾਈਸਸ ਐਂਡ ਸਬਸਿਡੀਆਂ ਬਟ ਦ ਰਿਐਲਿਟੀ ਬਾਰਮ ਲਾਈਨ ਇਜ਼ ਕਿ ਉਹਨਾਂ ਦੀ ਇਨਕਮ ਘਟ ਜਣੀ ਹੈ ਜਿਹੜਾ ਬੰਦਾ ਮਸਾਂ ਹੀ ਸਰਵਾਈਵ ਕਰ ਰਿਹਾ ਤਿੰਨ ਚਾਰ ਏਕੜ ਵਾਲਾ ਉਹਨੂੰ ਤੁਸੀਂ ਉਹ ਘਟਾ ਦਿਓ ਤੇ ਕਹੋ ਵੀ ਉਹਨੂੰ ਕੀ ਰਾਹ ਆ you know, other than suicide, he'll go to the city and work even a more miserable life and lose his culture, lose his way of life. ਮੈਂ ਤੇ ਕਿੰਨਾ ਵੀ ਅਗਰ ਅਮਰੀਕਾ ਤੇ ਕੈਨੇਡਾ ਨਾ ਹੁੰਦੇ ਤੇ ਇੰਨੇ ਫਾਰਮਰ ਦੇ ਸਨਸ ਐਂਡ ਡਾਟਰਸ ਇਥੇ ਬਾਹਰ ਨਾ ਆ ਗਏ ਹੁੰਦੇ ਤੇ ਆਪੇ ਸੋਚੋ ਕਿ ਪੰਜਾਬ ਦੀ ਹਾਲਤ ਅਜ ਹੋਰ ਕਿੰਨੀ ਮਾੜੀ ਹੋਣੀ ਸੀ ਹਰਿਆਣਾ ਦੀ ਕਿੰਨੀ ਮਾੜੀ ਹੋਣੀ ਸੀ ਹੂੰ ਤੇ ਅਸੀਂ ਸਗੋਂ ਇਹਨਾਂ ਮੁਲਕਾਂ ਨੇ ਸਾਨੂੰ ਇੱਕ ਸੇਫਟੀ ਵੈਬ ਦਿੱਤਾ ਇੰਡੀਆ ਨੂੰ ਕਿ ਇੰਨੀ ਉਹਨਾਂ ਦੇ ਪਰ ਜਿਹੜੇ ਇੱਥੇ ਆ ਗਏ ਉਹ ਸਾਰੇ ਸਕਸੈਸਫੁਲ ਨੇ ਇਥੋਂ ਇੰਡੀਆ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਚ ਕੀ ਖਾਮੀ ਹੈ ਸਾਡੇ ਸਿਸਟਮ ਚ ਖਾਮੀ ਹੈ ਬੰਦੇ ਤੇ ਉਹੋ ਹੀ ਨੇ ਜਿਹੜੇ ਬਾਹਰ ਜਾ ਕੇ ਡੀ ਸਕਸੈਸਫੁਲ ਹੋ ਰਹੇ ਨੇ ਸਹੀ ਗੱਲ ਸੋ ਸੋ ਇਹਨਾਂ ਨੂੰ ਸਿਸਟਮ ਜਿਹੜਾ ਪ੍ਰੋਬਲਮ ਇਹਨੂੰ ਦੋ ਖੇਸ ਗੱਲ ਦਾ ਹੁੰਦਾ ਹੈ ਵੀ ਇਹਨੇ ਜਿੰਨੇ ਸਾਲਾਂ ਦਾ ਮਹਿ ਵੇਖ ਰਹੇ ਆ ਜਿਹੜੀ ਚੀਜ਼ ਖਰਮ ਕਰ ਦਿੰਦੀ ਇੰਡੀਆ ਨੂੰ ਆ ਕੇ ਪੰਜਾਬ ਵੀ ਉਹਦੇ ਚ ਇਨਕਲੂਡਡ ਹੈ ਇਸ ਕ腐ਸ਼ਨ ਇਸ ਕ腐ਸ਼ਨ 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 ਸੋਚ ਦੀ ਵੀ ਕ腐ਸ਼ਨ ਸਿਸਟਮ ਦੀ ਕ腐ਸ਼ਨ ਪੋਲਿਟਿਕਲ ਕ腐ਸ਼ਨ ਤੇ ਹੈਗੀ ਆ ਬਾਬੂਪਣੀ ਦੀ ਕ腐ਸ਼ਨ ਵੀ ਹੈਗੀ ਆ ਯਾਨੀ ਕਿ ਕੋਈ ਇਹ ਨਹੀਂ ਵੀ ਆਪਣੀ ਕੌਮ ਹੈ ਸਾਡੇ ਆਪਣੇ ਲੋਕ ਨੇ ਇਹਨਾਂ ਸਾਰਿਆਂ ਦਾ ਸੋਚੀਏ ਇੱਥੇ ਅਮਰੀਕਾ 'ਚ ਆਪਾਂ ਗੱਲ ਜਿਹੜੀ ਕਰਦੇ ਹਾਂ ਸਿਰਫ 20% ਅਮਰੀਕਨ ਪੋਪੂਲੇਸ਼ਨ ਪੈਂਡੂ ਲਾ ਕੇ ਰਹਿੰਦੀ ਆ ਸਿਰਫ 20% ਮੈਂ ਇੰਡੀਆ 'ਚ ਹੱਲ ਵੀ 60-70% ਹੋਣੀ ਆ ਇੱਥੇ 20% ਫਾਰਮਰ ਕੋਈ ਇੰਨੀ ਪਾਵਰ ਹੈਗੀ ਆ ਓਕੇ ਕਿ ਉਹ ਯੂਐਸ ਗਵਰਨਮੈਂਟ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੀ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਦੀ ਇਨਕਮ ਵੱਧ ਰਹੀ ਆ ਜੀ ਜੀ ਐਂਡ ਦੈਟਸ ਦ ਰੀਜ਼ਨ ਬਾਈ ਦ ਵੇ ਐਜ਼ ਅ ਰਿਪਬਲਿਕਨ ਆਈ ਬਲੀਵ ਇਨ ਦੀ ਇਲੈਕਟਰਲ ਸਿਸਟਮ ਜਿਹੜੇ ਡੈਮੋਕ੍ਰੇਟ ਕਹਿੰਦੇ ਇਲੈਕਟਰਲ ਸਿਸਟਮ ਖਤਮ ਕਰਦੇ ਹੋ ਜੀ ਇਹਨਾਂ ਨੂੰ ਰੈੱਡ ਸਟੇਟ ਨੂੰ ਇਨੀ ਪਾਵਰ ਕਿਉਂ ਆ ਦੈਟਸ ði ਰੀਜ਼ਨ ਵੀ ਹੈਵ ði ਸਟੇਟਸ ਦੈਟਸ ਵਾਈ ਵੀ ਹੈਵ ਇਲੈਕਟਰਲ ਸਿਸਟਮ ਕਿਉਂਕਿ ਉਹਨਾਂ ਕੋ ਵੀ ਪਾਵਰ ਆ ਆਦਰਵਾਇਜ਼ ਜੇ ਤੁਸੀਂ ਉਹ ਲੈ ਜੋ ਤੇ ਇਹਨੂੰ ਡੈਮੋਕ੍ਰੇਟ ਪਿਓਰ ਡੈਮੋਕ੍ਰੇਸੀ ਬਣਾ ਦੋ ਇੰਡੀਆ ਵਰਗੀ ਸਾਰੀ ਪਾਵਰ ਹੋਵੇਗੀ ਕੈਲੀਫੋਰਨੀਆ ਕੋਲ ਤੇ ਨਿਊਯਾਰਕ ਤੇ ਨਿਊ ਜਰਸੀ ਤੇ ਬੋਸਟਨ ਕੋਲ ਜਿੱਥੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਆਬਾਦੀ ਹੈਗੀ ਇੱਥੇ ਪੋਪੂਲੇਸ਼ਨ ਹੈਗੀ ਤੇ ਨਾਲੇ ਮਰੀ ਆ ਜਿਹੜੇ ਵਿਚਾਰ ਲਾ ਇੰਨਾ ਅਮਰੀਕਾ 4 5 80% ਪੰਜਾਬੀ ਪਰੋਨਾ ਅਮਰੀਕਾ ਉਹਨਾਂ ਦੀ ਪਾਵਰ ਖਤਮ ਹੋ ਜੂਵੇਗੀ ਫਿਰ ਕੀ ਹੋਵੇਗਾ ਫਿਰ ਸੋਸਾਇਟੀ ਅਨਸਟੇਬਲ ਹੋ ਜਾਵੇਗੀ ਉਹ ਲੜਨਗੇ ਇਸੇ ਇਹ ਆ ਫਰਕ ਇੱਕ ਸਿਸਟਮ ਜਿਹੜਾ ਕਿ ਐਡਵਾਂਸਡ ਆ ਔਰ ਉਹਨੇ ਉਹਦੇ ਚ ਰਿਪਰੈਜ਼ੈਂਟੇਸ਼ਨ ਹਰ ਬੰਦੇ ਦੀ ਹੈਗੀ ਆ ਰੂਰਲ ਬੰਦੇ ਦੀ ਵੀ ਹੈਗੀ ਆ ਸ਼ਹਿਰੀਏ ਦੀ ਵੀ ਹੈਗੀ ਆ ਤੇ ਹਾਈ ਟੈਕ ਵਾਲਿਆਂ ਦੀ ਵੀ ਹੈਗੀ ਆ ਤੇ ਇੱਕ ਆਮ ਕੰਮ ਕਰਨ ਵਾਲੇ ਦੀ ਹੈਗੀ ਜੀ ਇੰਡੀਆ ਦੇ ਵਿੱਚ ਜਦੋਂ ਅਸੀਂ ਸੋਚਦੇ ਉਸ ਤਰੀਕੇ ਨਾਲ ਨਹੀਂ ਅਸੀਂ ਪੋਲੀਟੀਕਲ ਗੇਮਾਂ ਜਿਹੜਾ ਖੇਡ ਰਹੇ ਆ ਕਬੀ ਹੋਣ ਸਰ ਕੋ ਇੰਨੀਆਂ ਸੀਟਾਂ ਆ ਗਈਆਂ ਪਾਰਲੀਮੈਂਟ ਚ 5 ਸਾਲ ਆਪਣੀ ਪਾਵਰ ਪੱਕੀ ਹੈ ਜੋ ਮਰਜ਼ੀ ਕਰਦੇ ਹੋ ਜੇ ਤੁਸੀਂ ਉਹ ਤਰੀਕੇ ਲੈਣੇ ਨੇ اختیار ਕਰਨੇ ਨੇ ਤੇ ਫਿਰ ਫਿਰ ਕੋਈ ਵੀ ਕੰਮ ਠੀਕ ਨਹੀਂ ਹੋਹਾ ਇਨੀ ਪਾਲਿਸਿਜ਼ ਕਲੀਅਰ ਨੇ ਇੰਡੀਆ ਚ ਬੜੇ ਸਿਆਣੇ ਲੋਕ ਬੈਠੇ ਨੇ ਉਹਨਾਂ ਕੋ ਟਾਪ ਇਕਨੋਮਿਸਟਸ ਨੇ ਪੀ ਆਲ ਨੋ ਜਿਹੜੇ ਮੈਂ ਗੱਲ ਕਹਿ ਰਿਹਾ ਮੈਂ ਤੇ ਕਾਮ ਬੰਦਾ ਹਾਂ ਉਹਨਾਂ ਨੂੰ ਸਭ ਉਹ ਤਾਂ ਇਹਨਾਂ ਗੱਲਾਂ ਦਾ ਪ੍ਰੋਮਥੀ ਹੁੰਦੀ ਹੈ ਕਿ ਉਹ ਪੋਲਿਟਿਕਲ ਜਿਹੜੀ ਵੇਲ ਹੈ ਤੇ ਪੋਲਿਟਿਕਲ ਤਰੀਕੇ ਨੇ ਤੇ ਉਹਦੀ ਕ੍ਰਾਪਸ਼ਨ ਈ ਖਤਮ ਨਹੀਂ ਹੁੰਦੀ ਤੇ ਗਲਤ ਸਲੋਗਨ ਲਾ ਕੇ ਲੋਕਾਂ ਨੂੰ ਕਦੀ ਧਰਮ ਦੇ ਬਨਾ ਤੇ ਐਉਂ ਕਰ ਲੈਣਾ ਜਾਂ ਓਂ ਕਰ ਲੈਣਾ ਉਹਨਾਂ ਦੇ ਫਸਾਦ ਕਰਾ ਲੈਣੇ ਤੇ ਉਹਦੇ ਹਿਸਾਬ ਨਾਲ ਆਪਣੀ ਜੋ ਵੀ ਜਿਮਾਂ ਭਰੀ ਜਣੀਆਂ ਆ ਰਜੀ ਆਈ ਆਈ ਥਿੰਕ ਇੱਕ ਇੱਕ ਚੀਜ਼ ਦਾ ਕਾਫੀ ਆਈ ਥਿੰਕ ਤੁਸੀਂ ਬਹੁਤ ਇੰਪੋਰਟੈਂਟ ਇੱਥੇ ਕਹੀ ਹੈ ਜੋ ਜੋ ਵੀ ਪੰਜਾਬ ਦੇ ਨਾਲ ਜਾਂ ਇੰਡੀਆ ਦੇ ਨਾਲ ਪਿਆਰ ਰੱਖਦਾ ਹੈ ਜੋ ਮੈਨੂੰ ਨਹੀਂ ਲੱਗਦਾ ਕੋਈ ਵੀ ਜੋ ਵੇਖ ਰਿਹਾ ਨਹੀਂ ਰੱਖਦਾ ਆਪਣੀ ਜੜ੍ਹਾਂ ਦੇ ਨਾਲ ਆਪਣੀ ਸੱਭਿਆਚਾਰ ਤੇ ਕਲਚਰ ਦੇ ਨਾਲ ਹੈਰਿਟੇਜ ਦੇ ਨਾਲ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਐਜੂਕੇਸ਼ਨ ਆਨਸਰ ਹੈਗਾ ਸਭ ਤੋਂ ਵੱਡਾ ਆਨਸਰ ਇਸ ਹਾਲ ਦਾ ਐਜੂਕੇਸ਼ਨ ਹੈ ਐਂਡ ਉਹ ਆਨਸਰ ਮਤਲਬ ਈਜ਼ੀ ਹੈ ਆਲਮੋਸਟ ਰਾਈਟ ਬਟ ਕਰਪਸ਼ਨ ਦਾ ਕੋਈ ਹੱਲ ਨਹੀਂ ਆਈ ਡੋਨਟ ਥਿੰਕ ਹੈਗਾ ਜਾਂ ਕਿਸੇ ਨੂੰ ਮਤਲਬ ਸਮਝ ਨਹੀਂ ਲੱਗੀ ਐਂਡ ਐਸੀ ਚੀਜ਼ ਨੂੰ ਲੈ ਕੇ ਆਈ ਮੀਨ ਜਦੋਂ ਤੱਕ ਇਹ ਚੀਜ਼ ਦਾ ਹੱਲ ਨਹੀਂ ਲੱਭਦਾ ਸ਼ਾਇਦ ਇਹ ਟਾਈਮ ਦਾ ਇਸ਼ੂ ਹੈ ਸ਼ਾਇਦ ਇਹ ਕਰੰਟ ਗਵਰਨੈਂਸ ਦਾ ਹੂ ਨੋਸ ਬਟ ਕਰਪਸ਼ਨ ਨੂੰ ਲੈ ਕੇ ਜਦੋਂ ਤੱਕ ਉਹ ਚੀਜ਼ ਹਟਦੀ ਨਹੀਂ ਹੈ ਤੇ ਇੰਡੀਆ ਕਿਸ ਤਰ੍ਹਾਂ ਪ੍ਰੋਗਰੈਸ ਕਰ ਸਕਦਾ ਜਿੰਨੀ ਮਰਜੀ ਤੁਸੀਂ ਇੰਡਸਟਰੀਅਲਾਈਜੇਸ਼ਨ ਲਿਆਓ ਅਗਰ ਕਰਪਸ਼ਨ ਹੈਗੀ ਤਾਂ ਇੰਡੀਆ ਉੱਥੇ ਦਾ ਉੱਥੇ ਹੀ ਬੈਠਿਆ ਹੈ ਬਟ Once again, Ravinder Singh Shergilji, always a pleasure. Thank you so much. You showed us a new way of looking this old problem. Thank you. I appreciate it. Always a pleasure. Have a good rest of your evening, sir. Thank you. ਸਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਰਨ ਜੀ ਆ ਵਨਸ ਅਗੇਨ ਰਵਿੰਦਰ ਸਿੰਘ ਸ਼ਰგილ ਜੀ ਸਰਨਾਲ ਜੁਰੇਸੀ ਥੋੜਾ ਜਿਹਾ ਕੰਪੈਰੀਜ਼ਨ ਤੇ ਕੰਪੇਅਰ ਕਰਨ ਦਾ ਤਰੀਕਾ ਸਾਨੂੰ ਦੱਸਿਆ ਕਿ ਜਿੱਥੇ ਸਾਨੂੰ ਇਸ ਨੂੰ ਉਹਨਾਂ ਨੂੰ ਬਹੁਤ ਮਿਲ ਰਿਹਾ ਹੈ ਅੱਜਕੱਲ ਕਿ ਇੱਕ ਪਾਸੇ ਬੀਜੇਪੀ ਤੇ ਮੋਦੀ ਸਰਕਾਰ ਤੇ ਉਹਨਾਂ ਦੇ ਹੇਠ ਹਿੰਦੂ ਤਵਾ ਜੋ ਵਰਡ ਇਨਕਰੀਸ ਹੋ ਰਿਹਾ ਹੈ ਇੰਡੀਆ ਦੇ ਵਿੱਚ ਤੇ ਦੂਜੇ ਪਾਸੇ ਕਿਸ ਤਰ੍ਹਾਂ ਯੂਐਸਏ ਦੇ ਵਿੱਚ 트럼ਪ ਦੀ ਰਿਪਬਲਿਕਨ ਪਾਰਟੀ ਦੇ ਅੰਦਰ ਵਾਈਟ ਨੈਸ਼ਨਲਿਜ਼ਮ ਇਨਕਰੀਸ ਹੋਇਆ ਕੀ ਉਹਨਾਂ ਦਾ ਰਿਲੇਸ਼ਨਸ਼ਿਪ ਹੈਗਾ ਕੋਈ ਕੰਪੈਰੀਜ਼ਨ ਬੰਦਾ ਹੈ ਜਾਂ ਨਹੀਂ ਆਮ ਸੋ ਇਹ ਚੀਜ਼ ਨੂੰ ਲੈ ਕੇ ਹੋਪਫੁਲੀ ਯੂ نو ਤੁਹਾਡੇ ਲਈ ਵੀ ਥੋੜੀ ਜਿਹੀ ਕਲੈਰਿਟੀ ਆਈ ਮੈਨੂੰ ਤਾਂ ਪਤਾ ਮੇਰੇ ਲਈ ਬਹੁਤ ਆਈ ਜਦੋਂ ਮੈਂ ਗੱਲ ਕਰਦੀ ਆ ਨਾਨ ਇੰਡੀਅਨਸ ਦੇ ਨਾਲ ਕਿ ਕਿਸ ਤਰ੍ਹਾਂ ਪਾਉਸ ਚੀਜ਼ ਡਿਫਰੈਂਸ਼ੀਏਸ਼ਨ ਬਣਾ ਸਕਦੇ ਆ ਤੁਸੀਂ ਇੱਕ ਰਿਪਬਲਿਕਨ ਵੀ ਹੋ ਸਕਦੇ ਹੋ ਇੱਕ ਟਰੰਪ ਸਪੋਰਟਰ ਵੀ ਹੋ ਸਕਦੇ ਹੋ ਤੇ ਇੱਕ ਯੂ ਨੋ ਮੋਦੀ ਐਂਡ ਬੀਜੇਪੀ ਸਰਕਾਰ ਦੇ ਖਿਲਾਫ ਬੋਲਣ ਵਾਲੇ ਵੀ ਹੋ ਸਕਦੇ ਹੋ ਇੱਕ ਸੇਮ ਸੋਚ ਐਗਜ਼ਿਸਟ ਕਰ ਸਕਦੀ ਹੈ ਤੁਹਾਡੇ ਵਿੱਚ ਇਨ ਦੋਨਾਂ ਚੀਜ਼ਾਂ ਨੂੰ ਲੈ ਕੇ ਬਟ ਇੱਥੇ ਇਹ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਮੇਰੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਇਸ ਪ੍ਰੋਗਰਾਮ ਨੂੰ ਲਾ ਕੇ ਕਿਸੇ ਵੀ ਮੁੱਦੇ ਨੂੰ ਲੈ ਕੇ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com ashmit@justbroadcasting.com ਹੁਣ ਮਨ ਨੂੰ ਦੇਵ ਇਜਾਜ਼ਤ ਸਸ਼ੀਰਕਾਲ